ਬੜੀ ਫਿਰ ਹਾਜ਼ਰਾਂ ਤੁਹਾਡੇ ਆਪਣੇ ਜਨਰਲ ਅਡਮਿਨਿਸਟ੍ਰੇਟਿਵ ਟੂ ਤੇ ਬੱਤੀ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਨ ਬਾਇ ਲੇਟੈਸਟ ਵੀਡੀਓ ਹੋ ਸਭ ਤੋਂ ਪਹਿਲਾਂ ਮਿਲ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟ ਮਾਸਟਰ ਕੇਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰ ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ ਦੇ ਪਾਏ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਹੋਣੀਆਂ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫਰੈਂਡਸ ਇੱਕ ਇਹ ਵਾਲੀਆਂ ਵੀਡੀਓ ਜਿਹੜੀਆਂ ਉਹ ਪਹੁੰਚ ਸਕਣ ਓਕੇ ਜੀ ਮਨਵੀਰ ਜੀ ਗੁੱਡ ਮਾਰਨਿੰਗ ਜੀ ਐਂਡ ਪ੍ਰਵੀਨ ਜੀ ਗੁੱਡ ਮਾਰਨਿੰਗ ਜੀ ਸੋ ਅੱਜ ਦਾ ਸਾਡਾ ਟੌਪਿਕ ਰਹੂਗਾ ਜੀ ਇੰਟੈਲੀਜੈਂਸੀ ਨੂੰ ਲੈ ਕੇ ਜੋ ਥਿਊਰੀਜ਼ ਡਿਵੈਲਪ ਹੋਈਆਂ ਨੇ ਅਲੱਗ-ਅਲੱਗ ਤਰ੍ਹਾਂੀਆਂ ਸੋ ਉਹਨਾਂ ਨੂੰ ਪਾ 1 ਬਾਈ 1 ਬਾਈ ਜਿਹੜਾ ਡਿਸਕਸ ਕਰਾਂਗੇ ਸੋ ਪਹਿਲੀ ਥਿਉਰੀ ਸਾਡੀ ਰਹੇਗੀ ਜਿਹਦੀ ਸੁਪੀਰਮੈਨ ਦੀ ਦੋ ਕਾਰ ਕੀ ਸਿਧਾਂਤ ਸੁਪੀਰਮੈਨਸ ਇਲੈਕਟ੍ਰਿਕ ਥਿਉਰੀ اور ਇਲੈਕਟ੍ਰਿਕ ਥਿਉਰੀ اور ਟੂ ਫੈਕਟਰ ਥਿਉਰੀ ਠੀਕ ਹੈ ਵਰਤਮਾਨ ਸਮੇਸ ਨੂੰ ਤਿੰਨ ਫੈਕਟਰ ਜਿਹੜਾ ਕਹਿੰਦੇ ਆ ਜਾਂ 3 ਫੈਕਟਰ ਥਿਉਰੀ ਵੀ ਕਿਹਾ ਜਾਂਦਾ ਹੈਗਾ ਓਕੇ ਜੀ ਪੁਨਮ ਜੀ ਗੁੱਡ ਮਾਰਨਿੰਗ ਜੀ ਸਵੇਤਵਾਨੋ ਪੀਐਸਟੈਟ ਐਗਜ਼ਾਮ ਦੇ ਲਈ ਔਰ ਸੀਟੈਟ ਐਗਜ਼ਾਮ ਦੇ ਲਈ ਹੀ ਹੈਲਪਫ ਰਹੇਗੀ ਐਨਟੀਟੀ ਦੇ ਐਗਜ਼ਾਮ ਦੇ ਵਿੱਚ ਇਸ ਦੀ ਕੋਈ ਖਾਸ ਇੰਪੋਰਟੈਂਸ ਜਿਹੜੀ ਆ ਉਹ ਨਹੀਂ ਹੈਗੀ ਕਿਉਂਕਿ ਉਸਦੇ ਵਿੱਚ ਇਸ ਥਿਊਰੀ ਦਾ ਜਿਹੜਾ ਕੋਈ ਵੀ ਨਾਮ ਉੱਥੇ ਮੈਂਸ਼ਨ ਨਹੀਂ ਕੀਤਾ ਹੋਇਆ ਓਕੇ ਜੀ ਰਿਖਾ ਜੀ গুਡ ਮਾਰਨਿੰਗ ਜੀ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਜਿੱਥੇ ਤੁਹਾਨੂੰ ਸਾਰੀਆਂ PDF ਐ ਜਿਹੜੀਆਂ ਉਹ ਮਿਲਦੀਆਂ ਰਹਿਣੀਆਂ ਸੋ ਗਰੁੱਪ ਏਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦਾ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜਸਪੀ ਜੀ ਗੁੱਡ ਮਾਰਨਿੰਗ ਜੀ ਸੋ ਅੱਜ ਦਾ ਸਿਧਾਂਤ ਜਿਹੜਾ ਉਹ ਬੜਾ ਹੀ ਇੰਟਰਸਟਿੰਗ ਵੀ ਹੈ ਐਂਡ ਕਹਿ ਸਕਦੇ ਹੈਗੇ ਅੰਗੇ ਹਨ ਕਿ ਕਾਫੀ ਕੁਝ ਜਿਹੜਾ ਇਸ ਦੇ ਵਿੱਚੋਂ ਸਿੱਖਣ ਨੂੰ ਮਿਲੂਗਾ ਕਿ ਇੱਕ ਮਾਈਂਡ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਹਨਾ ਕੰਮ ਕਰਦਾ ਹੈ ਸੋ ਇਸ ਬਾਰੇ ਵੀ ਜਿਹੜਾ ਇਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਸਪੀਰਮਨ ਚਾਰਲਸ ਸਪੀਰਮਨ ਜਿਹੜਾ ਹੈ ਇਹਨਾਂ ਦਾ ਫੁੱਲ ਨੇਮ ਸੀ ਓਕੇ ਜੀ ਸਪੀਰਮੈਨ ਦਾ ਦੋ ਕਰਕੇ ਸਿਧਾਂਤ ਤਾਂ ਸਪੀਰਮੈਨ ਜਿਹੜਾ ਸੀ ਉਹ ਲੰਡਨ ਦਾ ਜਿਹੜਾ ਨਿਵਾਸੀ ਸੀ ਇੰਗਲੈਂਡ ਦਾ ਸੋ 10 ਸਤੰਬਰ 1863 ਨੂੰ ਜਿਹੜਾ ਹੈ ਉਹਨਾਂ ਦਾ ਜਨਮ ਹੋਇਆ ਸੀ ਅਤੇ ਸਤੰਬਰ 17 ਸਤੰਬਰ 1945 ਨੂੰ ਉਹਨਾਂ ਦੀ ਡੈਥ ਹੋਈ ਸੀ ਠੀਕ ਹੈ ਸੋ ਕ ਮੇਨਲੀ ਸਿਧਾਂਤ ਦੀ ਗੱਲ ਕਰਾਂਗੇ ਕਿਉਂਕਿ ਜਨਮ ਨੂੰ ਲੈ ਕੇ ਕਦੇ ਵੀ ਉਹਨਾਂ ਦੇ ਕੁਐਸਚਨ ਨਹੀਂ ਆਉਂਦੇ ਸਪੈਸ਼ਲੀ ਜਿਹੜਾ ਹੈ ਉਹ ਥਿਉਰੀ ਹੀ ਪੁੱਛੀ ਜਾਂਦੀ ਹੁੰਦੀ ਹੈ ਓਕੇ ਤਾਂ ਸਪੀਰਮੈਨ ਦੇ ਜਿਹੜਾ ਦੁਆਰਾ ਇਹ ਸਿਧਾਂਤ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ ਟੂ ਫੈਕਟਰ ਥਿਉਰੀ ਇਹ ਯਾਦ ਰੱਖਣਾ ਹੈ ਕਿ ਵਰਤਮਾਨ ਸਮੇਂ ਸ ਨੂੰ ਤਿੰਨ ਸਿਧਾਂਤ ਵੀ ਕਿਹਾ ਜਾਂਦਾ ਹੈ ਠੀਕ ਹੈ ਜਾਨੀ ਕਿ ਤਿੰਨ ਫੈਕਟਰ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਹਾਲਾਂਕਿ ਜਿਹੜੀ ਫੇਮਸ ਆ ਥਿਉਰੀ ਇਹ 2 ਫੈਕਟਰ ਦੇ ਨਾਲ ਹੀ ਹੈ ਬਟ ਵਰਤਮਾਨ ਸਮੇਂ ਇਸ ਦੇ ਵਿੱਚ ਤੀਸਰਾ ਸਿਧਾਂਤ ਵੀ ਜਿਹੜਾ ਹੈ ਉਹ ਐਡ ਕਰ ਦਿੱਤਾ ਗਿਆ ਜਾਨੀ ਕਿ ਤੀਸਰਾ ਕਾਰਕ ਵੀ ਇਸ ਦੇ ਵਿੱਚ ਐਡ ਕਰ ਦਿੱਤਾ ਗਿਆ ਠੀਕ ਹੈ ਬਟ ਤੁਸੀਂ ਆਨਸਰ ਜਿਹੜਾ ਰਾਈਟ ਕਰਨਾ ਹੈ ਉਹ 2 ਫੈਕਟਰ ਦੇ ਅਕੋਰਡਿੰਗ ਹੀ ਕਰਨਾ ਹੈ 2 ਫੈਕਟਰ ਦੇ ਅਕੋਰਡਿੰਗ ਹੀ ਸਹੀ ਕਰੋਗੇ ਓਕੇ ਸੋ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜੀ ਬੁੱਧੀ ਹੈ ਜਿਹੜੀ ਇੰਟੈਲੀਜੈਂਸੀ ਹੈ ਉਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ ਉਸ ਦੇ ਲਈ ਦੋ ਕਾਰਕ ਜਾਂ ਦੋ ਫੈਕਟਰ ਜਿਹੜੇ ਇਹਨਾਂ ਨੇ ਰਿਸਪਾਂਸਿਬਲ ਦੱਸੇ ਨੇ ਸੋ ਇੱਕ ਕਾਰਕ ਹੈ ਜਿਸ ਨੂੰ ਜੀ ਕਾਰਕ ਕਿਹਾ ਜਾਂਦਾ ਹੈਗਾ ਦੂਸਰਾ ਕਾਰਕ ਹੈ ਜਿਹਨੂੰ ਐਸ ਕਾਰਕ ਕਿਹਾ ਜਾਂਦਾ ਸੋ ਇਹਨਾਂ ਦੋਨਾਂ ਕਾਰਕਾਂ ਦੇ ਕਾਰਨ ਹੀ ਇਸ ਥਿਉਰੀ ਦਾ ਨਾਮ ਵੀ ਜਿਹੜਾ ਹੈ ਉਹ ਟੂ ਫੈਕਟਰ ਥਿਉਰੀ ਪਿਆ ਹੈ ਜਾਨੀ ਕਿ ਦੋ ਹੀ ਫੈਕਟਰ ਨੇ ਜਿਹੜੀ ਕਿ ਇੰਟੈਲੀਜੈਂਸੀ ਨੂੰ ਤੇ ਬੁੱਧੀ ਨੂੰ ਜਿਹੜਾ ਕਹਿੰਦੇ ਆਸਦੇ ਪ੍ਰਭਾਵਿਤ ਕਰ ਦਿੰਦੇ ਹਨਾ ਔਰ ਉਸ ਦਾ ਪੂਰਾ ਜਿਹੜਾ ਮਾਈਂਡ ਸੈਟ ਜਿਹੜਾ ਕਹਿੰਦੇ ਆ ਜਾਂ ਪੂਰਾ ਉਸ ਦਾ ਸਿਸਟਮ ਜਿਹੜਾ ਹੈ ਉਸ ਨੂੰ ਕ੍ਰੀਏਟ ਕਰਦੇ ਹੈਗੇ ਨੇਗੇ ਸੋ ਜੀ ਕਰਕੇ ਜਿਹੜਾ ਹੈ ਜਿੰਨੂੰ ਜਰਨਲ ਅਵੇਲੇਬਿਲਟੀ ਵੀ ਕਹਿੰਦੇ ਨੇ ਜਾਂ ਜਰਨਲ ਫੈਕਟਰ ਵੀ ਜਿਹੜਾ ਕਹਿੰਦੇ ਨੇਗੇ ਦੂਸਰਾ ਹੈ ਐਸ ਕਾਰਕ ਜਿਸ ਨੂੰ ਜਿਸ ਨੂੰ ਵਿਸ਼ੇਸ਼ ਯੋਗਤਾ ਜਾਂ ਸਪੈਸਿਫਿਕ ਅਵੇਲੇਬਿਲਟੀ ਜਾਂ ਫਿਰ ਸਪੈਸਿਫਿਕ ਫੈਕਟਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਸੋ ਇਹ ਦੋ ਨੇ ਸੋ ਜਨਰਲ ਮੀਨਸ ਸਧਾਰਨ ਔਰ ਐਸ ਮਤਲਬ ਸਪੈਸੀਫਿਕ ਮਤਲਬ ਕਿ ਖਾਸ ਟਾਈਪ ਜਾਂ ਵਿਸ਼ੇਸ਼ ਕਿਸਮ ਦਾ ਜਿਹੜਾ ਫੈਕਟਰ ਹੈ ਸੋ ਇਹ ਦੋ ਆ ਔਰ ਦੋਨੇ ਜਿਹੜੇ ਨੇ ਇੱਕ ਇੰਟੈਲੀਜੈਂਸੀ ਦੇ ਲਈ ਜ਼ਰੂਰੀ ਨੇ ਔਰ ਦੋਨਾਂ ਦੇ ਅਲੱਗ-ਅਲੱਗ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਨੇ ਤਾਂ ਹਰੇਕ ਵਿਅਕਤੀ ਦੇ ਵਿੱਚ ਕਹਿੰਦੇ ਜੀ ਅਤੇ ਐਸ ਕਾਰਕ ਜਿਹੜੇ ਆ ਉਹ ਸ਼ਾਮਲ ਹੁੰਦੇ ਨੇ ਇਹਨਾਂ ਦੋਨਾਂ ਦੇ ਅਲੱਗ-ਅਲੱਗ ਵਿਸ਼ੇਸ਼ਤਾਵਾਂ ਨੇ ਦੋਨਾਂ ਦੇ ਅਲੱਗ-ਅਲੱਗ ਜਿਹੜੇ ਕਹਿ ਸਕਦੇ ਨਾ ਇਫੈਕਟ ਨੇ ਸਾਡੀ ਇੰਟੈਲੀਜੈਂਸੀ ਦੇ ਉੱਪਰ ਦੋਨੋਂ ਹੀ ਇਫੈਕਟ ਕਰਦਿੰਨੇ ਸਾਡੀ ਬੁੱਧੀ ਨੂੰ ਠੀਕ ਹੈ ਸੋ ਇੱਕ ਕਰਕੇ ਜਿਹੜਾ ਕਹਿ ਸਕਦਾ ਇੱਕ ਵਿਅਕਤੀ ਦੇ ਲਈ ਜੀ ਕਰਕੇ ਜਿਹੜਾ ਉਹ ਹਮੇਸ਼ਾ ਇੱਕੋ ਜਿਹਾ ਭਾਅ ਮੀਨਸ ਕਿ ਸਥਾਈ ਰਹੂਗਾ ਔਰ ਹਰ ਇੱਕ ਪਰਸਨ ਦੇ ਵਿੱਚ ਜਨਰਲ ਜਿਹੜਾ ਫੈਕਟਰ ਹੈ ਉਹ ਪਾਇਆ ਜਾਊਗਾ ਠੀਕ ਹੈ ਚਾਹੇ ਉਹ ਕੋਈ ਵੀ ਹੈ ਕਿਹੋ ਜਿਹਾ ਵੀ ਪਰਸਨ ਹੈ ਉਸਦੀ ਮਾਈਂਡ ਲੈਵਲ ਜਿਹੜਾ ਹੈ ਉਹ ਕਿਹੋ ਜਿਹਾ ਵੀ ਹੈ ਉਹਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਅਗੇ ਸਾਨੂੰ ਐਸ ਜੀ ਫੈਕਟਰ ਜਿਹੜਾ ਉਹ ਮਿਲੂਗਾ ਹੀ ਮਿਲੂਗਾ ਜਾਨੀ ਕਿ ਜਨਰਲ ਜਿਹੜਾ ਹੈ ਸਧਾਰਨ ਹੈ ਕਿਉਂਕਿ ਸਧਾਰਨ ਦੀ ਗੱਲ ਦਾ ਸਧਾਰਨ ਮਤਲਬ ਹੈ ਕਿ ਹਰ ਇੱਕ ਦੇ ਵਿੱਚ ਸਭਾ ਬੋ ਕੋ ਹੋਗਾ ਦੂਸਰਾ ਜਿਹੜਾ ਹੋਵੇਗਾ ਸੋ ਇੱਕ ਚੀਜ਼ ਹੋਰ ਧਿਆਨ ਰੱਖਣੀ ਕਿ ਜੀ ਵਾਲਾ ਜਾਨੀ ਕਿ ਜਰਨਲ ਜਿਹੜਾ ਫੈਕਟਰ ਹੈਗਾਗਾ ਇਹ ਸਥਾਈ ਹੁੰਦਾ ਹੈ ਪਰਮਨੈਂਟਲੀ ਹੁੰਦਾ ਹੈਗਾਗਾ ਬਟ ਜਿਹੜਾ ਕਹਿ ਸਕਦੇ ਹਾਂਗੇ ਕਿ ਐਸ ਵਾਲਾ ਹੁੰਦਾ ਹੈ ਇਹ ਕੰਮ ਦੇ ਅਨੁਸਾਰ ਇਸ ਦੇ ਵਿੱਚ ਪਰਵਰਤਨ ਹੁੰਦਾ ਹੈ ਅੰਤਰ ਹੁੰਦਾ ਹੈ ਮੀਨਸ ਕਿਸ ਤੇ ਵਿੱਚ ਜਿਸ ਕੰਮ ਦੇ ਲਈ ਇਸ ਨੂੰ ਇਸਤੇਮਾਲ ਕੀਤਾ ਜਾਊਗਾ ਉਸੇ ਦੇ ਹੀ ਕਹਿਸਾ ਦਿੱਸ ਦੇ ਵਿੱਚ ਵਿਸ਼ੇਸ਼ਤਾਵਾਂ ਹੋਣੀਆਂ ਐ ਐਕਸਟਰਾ ਜਿਹੜੀ ਕਹਿ ਸਕਦੇ ਆ ਜਾਂ ਹਰ ਇੱਕ ਦੇ ਵਿੱਚ ਉਹ ਚੀਜ਼ ਜਿਹੜੀ ਐਡ ਨਹੀਂ ਹੋਊਗੀ ਇਹਦੀ ਇੱਕ ਆਪ ਐਗਜ਼ਾਮਪਲ ਲੈਨੇ ਆ ਐਸ ਵਾਲਾ ਫੈਕਟਰ ਐਸਵਲ ਫੈਕਟਰ ਦੇ ਵਿੱਚ ਹਨਾ ਮਤਲਬ ਕਿ ਕੋਈ ਆਰਟ ਹੋ ਸਕਦਾ ਹੈ ਕਿਸੇ ਦੇ ਵਿੱਚ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਵਿਸ਼ੇਸ਼ ਕੁਆਲਿਟੀ ਹੋ ਸਕਦੀ ਹੈ ਸਿੰਗਿੰਗ ਦੀ ਹੋ ਸਕਦੀ ਹੈਗੀ ਜਾਂ ਟੀਚਿੰਗ ਦੀ ਹੋ ਸਕਦੀ ਹੈਗੀ ਠੀਕ ਹੈ ਇਸ ਤੋਂ ਇਲਾਵਾ 뮤직 ਦੀ ਜਿਹੜੀ ਕਹਿ ਸਕਦੇ ਹਨਾ ਕ੍ਰੀਏਟ ਕਰਨ ਦੀ ਹੋਗੀ ਜਾਂ ਇਸ ਤੋਂ ਇਲਾਵਾ ਐਕਟਰ ਜੋ ਵੀ ਹਨਾ ਕਿਸੇ ਵੀ ਤਰ੍ਹਾਂ ਦੀ ਡਿਫਰੈਂਟ ਕਰਦੀ ਹੋਵੇ ਇੱਕ ਦੂਸਰੇ ਪਰਸਨ ਦੇ ਨਾਲ ਉਹ ਉਸੇ ਵਿਅਕਤੀ ਦੇ ਵਿੱਚ ਹੋਵੇਗੀ ਜਿਹੜੇ ਦੇ ਵਿੱਚ ਉਸ ਟਾਈਪ ਦਾ ਕੋਈ ਵਿਸ਼ੇਸ਼ ਜਿਹੜਾ ਲੱਛਣ ਜਿਹੜਾ ਹੋਵੇਗਾ ਠੀਕ ਹੈ ਉਹਦੇ ਵਿੱਚ ਐਸ ਕਾਰਕ ਜਿਹੜਾ ਹੋਵੇਗਾ ਤੇ ਉਹ ਕੰਮ ਦੇ ਅਨੁਸਾਰ ਜਿਹੜਾ ਉਸਦੇ ਵਿੱਚ ਤਬਦੀਲ ਜਦ ਪਰਬਤ ਉਸਤੇ ਵਿੱਚ ਹੁੰਦਾ ਰਹੂਗਾ ਸੋ ਹਰ ਇੱਕ ਵਿਅਕਤੀ ਦੇ ਵਿੱਚ ਇਹ ਚੀਜ਼ਾਂ ਦੋਨੋਂ ਹੀ ਦੇਖਣ ਨੂੰ ਮਿਲ ਜੇ ਨੇ ਜੀ ਅਤੇ ਐਸ ਬਟ ਇਹਨਾਂ ਦੋਨਾਂ ਦੇ ਵਿੱਚ ਇੱਕ ਕੈਸਾ ਦੇਗੀਆਂ ਭਿੰਨਤਾ ਹੁੰਦੀ ਹੈ ਦੋਨਾਂ ਹੀ ਪੁਆਇੰਟਸ ਦੇ ਵਿੱਚ ਦੋਨਾਂ ਹੀ ਫੈਕਟਰਾਂ ਦੇ ਵਿੱਚ ਠੀਕ ਹੈ ਸੋ ਅਗਰ ਅਸੀਂ ਗੱਲ ਕਰੀਏ ਜੀ ਕਾਰਕ ਦੀ ਤਾਂ ਜੀ ਕਾਰਕ ਜਾਨੀ ਕਿ ਜੀ ਫੈਕਟਰ ਜਿਹੜਾ ਉਹ ਸਾਡੇ ਹਮੇਸ਼ਾ ਹਰ ਇੱਕ ਕਾਰਜ ਕਰਨ ਦੇ ਲਈ ਜਿਹੜਾ ਕਹਿ ਸਕਦੇ ਹਾਂ ਹੈਲਪ ਕਰਦਾ ਹੈ ਮੀਨਸ ਕਿ ਬੋਲਣ ਦੇ ਲਈ ਤੁਰੰਦੇ ਲਈ ਹੈ ਨਾ ਮੀਨਸ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਿਹਾ ਹੈ ਠੀਕ ਹੈ ਕਿ ਅਸੀਂ ਹੈਲਪ ਲੈਣੇ ਆ ਬੋਲਣ ਦੀ ਸੈਂਸ ਸਾਡੀ ਕੋਈ ਵੀ ਐਕਟੀਵਿਟੀ ਉਹਦੇ ਵਿੱਚ ਹਰ ਇੱਕ ਦੇ ਵਿੱਚ ਜਿਹੜਾ ਜਨਰਲ ਫੈਕਟਰ ਹੈ ਉਹ ਕੰਮ ਕਰਦਾ ਹੈ ਪਰ ਕੁਝ ਜਿਹੜਾ ਕਹਿ ਸਕਦੇ ਹੈਗੇ ਕਿ ਵਿਸ਼ੇਸ਼ ਕਾਰਕ ਹੁੰਦੇ ਨੇ ਜਿਨ੍ਹਾਂ ਦੇ ਲਈ ਸਿਰਫ ਅਤੇ ਸਿਰਫ ਇੱਕ ਪਰਸਨ ਦੇ ਵਿੱਚ ਉਸ ਟਾਈਪ ਦਾ ਜਿਹੜਾ ਟੈਲੈਂਟ ਸਾਨੂੰ ਦੇਖਣ ਨੂੰ ਮਿਲਦਾ ਹੈ ਉਹਦੇ ਲਈ ਸਿਰਫ ਅਤੇ ਸਿਰਫ ਇਕੱਲਾ ਐਸ ਜਿਹੜਾ ਫੈਕਟਰ ਹੈ ਉਹ ਰਿਸਪੌਂਸੀਬਲ ਹੁੰਦਾ ਹੈਗਾ ਠੀਕ ਆ ਸੋ ਇਹ ਦੋਨੋਂ ਜਿਹੜੇ ਆ ਉਹ ਡਿਫਰੈਂਟ ਨਹੀਂ ਹੁੰਦੇ ਹਰ ਇੱਕ ਦੇ ਵਿੱਚ ਨਹੀਂ ਬਟ ਦੋਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਫਰਕ ਦੇਖਣ ਨੂੰ ਮਿਲਦਾ ਹੈਗਾ ਗਾ ਸੋ ਇਹਦੀ ਇੱਕ ਜਿਹੜੀ ਡਾਇਗਰਾਮ ਆ ਇਹ ਕਾਫੀ ਕੁਝ ਜਿਹੜਾ ਕਲੀਅਰ ਕਰੂਗੀ ਤੁਹਾਨੂੰ ਹਨਾ ਕਈ ਵਾਰ ਮੈਂ ਕਹਿ ਸਕਦੇ ਆ ਨਾ ਪੇਪਰ ਦੇ ਵਿੱਚ ਡਾਇਗਰਾਮ ਵੀ ਆ ਜਾਂਦੀ ਕਿ ਇਹ ਕਿਹੜੀ ਥਿਉਰੀ ਹੈ ਸੋ ਉੱਥੇ ਤੁਹਾਨੂੰ ਕੰਮ ਦੇਊਗੀ ਠੀਕ ਆ ਸੋ ਇਹ ਤੁਸੀਂ ਦੇਖ ਸਕਦੇ ਹੋਗੇ ਇੱਕ ਪੂਰਾ ਦਾ ਪੂਰਾ ਜਿਹੜਾ ਉਹਨਾਂ ਨੇ ਇੰਟੈਲੀਜੈਂਸੀ ਵਾਲਾ ਜਿਹੜਾ ਸੀ ਨੂੰ ਹੋ ਕ੍ਰੀਏਟ ਕੀਤਾ ਹੈ ਸੋ ਤਾਂ ਨੇ ਜੀ ਵਾਲਾ ਫੈਕਟਰ ਜਿਹੜਾ ਉਹ ਹਰੇਕ ਦੇ ਮਾਈਂਡ ਦੇ ਵਿੱਚ ਸੈੱਟ ਕੀਤਾ ਹੋਇਆ ਰੈੱਡ ਕਲਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਜੀ ਜਿਹੜਾ ਉਹ ਸਾਰੇ ਮਾਈਂਡ ਦੇ ਵਿੱਚ ਜਿਹੜਾ ਕਹਿ ਸਕਦੇ ਆ ਸੈੱਟ ਹੈ ਜਾਨੀ ਕਿ ਚਾਰ ਪ੍ਰਸੰਦੀ ਗੱਲ ਕੀਤੀ ਹੈ ਚਾਰਾਂ ਦੇ ਵਿੱਚ ਹੈਗਾ ਪਰ ਉਹਨਾਂ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਕਿ ਜਿਹੜਾ ਉਹਨਾਂ ਨੇ ਸਪੈਸੀਫਿਕ ਜਿਹੜਾ ਕਹਿ ਸਕਦੇ ਅਵੇਲੇਬਿਲਟੀ ਹੈ ਉਹਦੇ ਲਈ ਅਲੱਗ-ਅਲੱਗ ਹੈਗਾ ਸਾਰੇ ਦੇ ਵਿੱਚ ਜਨਰਲ ਸਾਰਿਆਂ ਦੇ ਵਿੱਚ ਹੈ ਬਟ ਸਪੈਸੀਫਿਕ ਅਲੱਗ ਦੇ ਵਿੱਚ ਹੈ ਸੋ ਪਹਿਲੇ ਦੀ ਗੱਲ ਕਰਦੇ ਆ ਐਸ ਜਨਰਲ ਪਲੱਸ ਮ ਠੀਕ ਹੈ ਜਾਨੀ ਕਿ ਇੱਥੇ ਇਹਨਾਂ ਨੇ ਗੱਲ ਕੀਤੀ ਹੋਈ ਹੈ ਐਸ ਐਮ ਇਹਨਾਂ ਨੇ ਐਡ ਕੀਤਾ ਹੋਇਆ ਹੈਗਾਗਾ ਐਸ ਐਮ ਦਾ ਮਤਲਬ ਹੈ ਸਪੈਸ਼ਲ ਅਵੇਲੇਬਿਲਟੀ ਆਫ ਮੈਥਮੈਟਿਕ ਸੋ ਇੱਥੇ ਬੱਚੇ ਦੇ ਵਿੱਚ ਜਰਨਲ ਤਾਂ ਹੈਗੇ ਹੈਗਾ ਬਟ ਉਹਦੇ ਵਿੱਚ ਮੈਥ ਨੂੰ ਲੈ ਕੇ ਵੀ ਜਿਹੜਾ ਕਰ ਸਕਦੇ ਆ ਪਾਵਰ ਹੈ ਜਾਂ ਉਸ ਦਾ ਮਾਈਂਡ ਜਿਹੜਾ ਉਹ ਮੈਥ ਲੈਵਲ ਦਾ ਹੈ ਮੀਨ ਉਸ ਨੂੰ ਮੈਥ ਜਿਹੜਾ ਹੈ ਉਸ ਦੇ ਵਿੱਚ ਇੰਟਰਸਟ ਹੈ ਤੇ ਉਸ ਨੂੰ ਬੜੇ ਈਜ਼ੀ ਤਰੀਕੇ ਦੇ ਨਾਲ ਸੋਲਵ ਕਰ ਲੈਂਦਾ ਹੈਗਾਗਾ ਦੂਸਰਾ ਹੈ ਆਰ ਆਰ ਦੇ ਵਿੱਚ ਆ ਜਾਊਗਾ ਇੱਥੇ ਰੀਡਿੰਗ ਦੇਖਿਆ ਇਥੇ ਦਿੱਤਾ ਵੀ ਹੋਇਆ ਡਿਫਾਈਨ ਵੀ ਕੀਤਾ ਹੋਇਆ ਕਿ ਕਿਹੜਾ ਵਰਡ ਕਿਸ ਚੀਜ਼ ਨੂੰ ਨਾ ਡਿਫਾਈਨ ਕਰ ਰਿਹਾ ਹੈ ਤਾਂ ਇ ਉਹ ਡਿਫਾਈਨ ਕਰ ਰਿਹਾ ਹੈ ਰੀਡਿੰਗ ਨੂੰ ਮਤਲਬ ਕਿ ਜਿਹੜੇ ਬੱਚੇ ਦੇ ਵਿੱਚ ਜਨਰਲ ਜਾਂ ਸੁਧਾਰਨ ਜਿਹੜੇ ਗੁਣ ਸੀ ਉਹਦੇ ਨਾਲ ਉਸ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪੜਨ ਦੀ ਕਿਸੇ ਵੀ ਲੈਂਗੁਏਜ ਨੂੰ ਕਿਸੇ ਵੀ ਤਰੀਕੇ ਦੇ ਨਾਲ ਹਨਾ ਫਾਸਟ ਤਰੀਕੇ ਦੇ ਨਾਲ ਰੀਡ ਕਰਨ ਦੀ ਜਿਹੜੀ ਸਮਰਤ ਉਸ ਦੇ ਵਿੱਚ ਹੈ ਦੀ ਹੈਗੀ ਤੀਸਰਾ ਇਥੇ ਡਬਲਯੂ ਨਾਲ ਲਿਖਿਆ ਹੋਇਆ ਹੈ ਹਨਾ ਸੋ ਇੱਕ ਜਨਰਲਸ ਦੇ ਵਿੱਚ ਇਸ ਤੋਂ ਬਾਅਦ ਐਸ ਡਬਲਯੂ ਜਿਹੜਾ ਹੈ ਐਸ ਡਬਲਯੂ ਦਾ ਮਤਲਬ ਹੈ ਸਪੈਸ਼ਲ ਅਵੇਲੇਬਿਲਟੀ ਆਫ ਰਾਈਟਿੰਗ ਸੋ ਇਥੇ ਬੱਚਾ ਜਿਹੜਾ ਹੈ ਉਹ ਰਾਈਟਿੰਗ ਦੇ ਪੱਖੋਂ ਮਜ਼ਬੂਤ ਹੈ ਉਸ ਦੀ ਰਾਈਟਿੰਗ ਜਿਹੜੀ ਬਹੁਤ ਅੱਛੀ ਹੈ ਹਨਾ ਸੋ ਬਹੁਤ ਕੈਸਾ ਨੇ ਅੱਛੀ ਲਿਖਾਈ ਕਰਦਾ ਹੋਗਾ ਜਿਸ ਤੋਂ ਹਨਾ ਪੂਰੇ ਟੀਚਰ ਜਾਂ ਸਟਿਫਰੈਂਟ ਜਿਹੜੇ ਉਹ ਪ੍ਰਭਾਵਿਤ ਹੋ ਜਾਂਦੇ ਹੈਗੇ ਨੇ ਇਹ ਉਸ ਦਾ ਇੱਕ ਵਿਸ਼ੇਸ਼ ਲੈਸਨ ਹੈ ਬਟ ਜਨਰਲ ਉਸ ਦੇ ਵਿੱਚ ਸਾਰੇ ਤਰ੍ਹਾਂ ਦੇ ਹੈਗੇ ਹਨਾ ਇਸ ਤੋਂ ਅੱਗੇ ਹੈਗਾਗਾ ਆਈ ਵਾਲਾ ਸੋ ਆਈ ਸੌਰੀ ਐਲ ਵਿੱਚ ਠੀਕ ਹੈ ਐਲ ਦਾ ਮਤਲਬ ਹੈ ਲੈਂਗੁਏਜ ਇਨਨ ਦੈਟਸ ਵਾਈ ਕੀ ਲੈਂਗੁਏਜ ਦੇ ਵਿੱਚ ਪ੍ਰਫੀਸੀ ਹੋਣੀ ਲੈਂਗੁਏਜ ਬਾਰੇ ਗਿਆਨ ਹੋਣਾ ਹਨ ਹਰ ਤਰ੍ਹਾਂ ਦੀ ਜਿਹੜੀ ਭਾਸ਼ਾ ਉਸਤੇ ਬਾਰੇ ਗਿਆਨ ਹੋਣਾ ਜਿੰਨੀਆਂ ਵੀ ਹੈਗੀਆਂ ਨੇ ਜਾਂ ਇੱਕ ਜਾਂ ਦੋ ਜਿੰਨੀਆਂ ਵੀ ਉਸਤੇ ਵਿੱਚ ਸ਼ਮਤਾ ਹੈਗੀ ਹੈ ਨਾ ਸੋ ਉਸਤੇ ਲੈਵਲ ਦੇ ਅਕੋਰਡਿੰਗ ਜਿਹੜਾ ਉਸਦੀ ਭਾਸ਼ਾ ਹੋਵੇਗੀ ਤਾਂ ਇਹ ਅਲੱਗ-ਅਲੱਗ ਨੇ ਜਨਰਲ ਜਿਹੜਾ ਅਸੀਂ ਦੇਖ ਸਕਦੇ ਹਾਂ ਸਾਰਿਆਂ ਦੇ ਵਿੱਚ ਹੈ ਔਰ ਇਸ ਤੋਂ ਲਾਭ ਉਸਤੇ ਵਿੱਚ ਇੱਕ ਵਿਸ਼ੇਸ਼ ਲੱਛਣ ਹੁੰਦਾ ਹੈ ਜਿਹਨੂੰ ਐਸ ਫੈਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਹ ਹੀ ਚੀਜ਼ ਡਿਫਾਈਨ ਕਰਦੀ ਹੈ ਸਾਡੀ 2 ਫੈਕਟਰ ਥਿਉਰੀ ਨੂੰ ਜੋ ਕਿ ਸਪੀਰਮਨ ਦੇ ਦੁਆਰਾ ਦਿੱਤੀ ਗਈ ਹੈ ਸੋ ਇਹ ਸਾਰੀਆਂ ਚੀਜ਼ਾਂ ਹਨ ਇਸੇ ਡਾਇਗਰਾਮ ਤੋਂ ਹੀ ਕਲੀਅਰ ਹੋ ਜਾਂਦੀਆਂ ਨੇ ਕਿ ਇਹ ਥਿਉਰੀ ਹੈ ਕੀ ਚੀਜ਼ ਹੈ ਕੀ ਐਗਿੰਗ ਸੋ ਇਹ ਦੂਸਰੀ ਡਾਇਗਰਾਮ ਹੈ ਸੋ ਇਸ ਨੂੰ ਸਮਝਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਪਾ ਪਹਿਲੀ ਦੇ ਵਿੱਚ ਹੀ ਸਭ ਕੁਝ ਇਸ ਕਰਾਣਾ ਜਿਹੜਾ ਉਹ ਡਿਸਕਸ ਕਰ ਲਿਆ ਹੈ ਓਕੇ ਨੈਕਸਟ ਹੈ ਜੀ ਕਾਰਕ ਜਿਹੜਾ ਹੈ ਜਾਂਚ ਫੈਕਟਰ ਜਿਹੜਾ ਹੈ ਉਸ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਸੋ ਇਹਦੇ ਲਈ ਕੀ ਕੀ ਕੈਰੈਕਟਰਿਸਟਿਕਸ ਨੇ ਪਹਿਲਾ ਕੀ ਹੋਵੇਗਾ ਕਿ ਇਹ ਸਰਵ ਵਿਆਪਕ ਯੋਗਤਾ ਵਾਲਾ ਹੋਵੇਗਾ ਯੂਨੀਵਰਸਲ ਜਿਹੜੀ ਅਵੇਲੇਬਿਲਟੀ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ ਮੀਨਸ ਕਿ ਜਿਹੜਾ ਇਹ ਸਿਧਾਂਤ ਹੈਗਾਗਾ ਸੌਰੀ ਇਹ ਫੈਕਟਰ ਜਿਹੜਾ ਹੈਗਾਗਾ ਇਹ ਸਾਰੇ ਮਨੁੱਖਾਂ ਦੇ ਵਿੱਚ ਪਾਇਆ ਜਾਂਦਾ ਹੈ ਇਹ ਨਹੀਂ ਹੈ ਕਿ ਕਿਸੇ ਵਿਸ਼ੇਸ਼ ਮਨੁੱਖ ਦੇ ਵਿੱਚ ਪਾਇਆ ਜਾਵੇਗਾ ਇਹ ਟੋਟਲੀ ਹਰ ਇੱਕ ਪਰਸਨ ਚਾਹੇ ਕੋਈ ਵੀ ਉਹ ਕਿਸੇ ਵੀ ਟਾਈਪ ਦਾ ਉਸ ਦਾ ਜਿਹੜਾ ਮਾਈਂਡ ਲੈਵਲ ਹੈ ਉਹਦੇ ਵਿੱਚ ਜੀ ਫੈਕਟਰ ਜਿਹੜਾ ਉਹ ਪਾਇਆ ਹੀ ਜਾਵੇਗਾ ਕਿਉਂਕਿ ਜੀ ਫੈਕਟਰ ਜਿਹੜਾ ਉਹ ਸ਼ੁਰੂਆਤ ਦੇ ਵਿੱਚ ਹੀ ਉਸ ਦੇ ਵਿੱਚ ਐਡ ਹੋਵੇਗਾ ਦੂਸਰਾ ਹੈ ਜਨਮजात ਯੋਗਤਾ ਸੋ ਜਿਵੇਂ ਵੀ ਕਹਿ ਸਕਦੇ ਆ ਜਿਹੜਾ ਜੀ ਫੈਕਟਰ ਹੋਊਗਾ ਉਹ ਜਦੋਂ ਤੋਂ ਬੱਚੇ ਦਾ ਜਨਮ ਹੋ ਜਾਵੇਗਾ ਉਸ ਸਮੇਂ ਤੋਂ ਹੀ ਉਸ ਦੇ ਵਿੱਚ ਉਹ ਫੈਕਟਰ ਜਿਹੜਾ ਹੋਵੇਗਾ ਤੇ ਉਸ ਦਾ ਇਸਤੇਮਾਲ ਕਰਕੇ ਉਹ ਆਪਣੀ ਜ਼ਿੰਦਗੀ ਦੇ ਸੁਧਾਰਨ ਜਿਹੜੇ ਕੰਮ ਨੇ ਉਹਨਾਂ ਨੂੰ ਕਰਦਾ ਰਹੇਗਾ ਤੇ ਉਹਨਾਂ ਦੇ ਵਿੱਚ ਪਰਵਰਤਨ ਜਿਹੜਾ ਕਾਗਰ ਰਹੇਗਾ ਨਾ ਮੀਨਜ਼ ਕਿ ਜਨਮ ਤੋਂ ਹੀ ਉਸ ਦੇ ਵਿੱਚ ਜੀ ਵਾਲਾ ਫੈਕਟਰ ਜਿਹੜਾ ਉਹ ਐਡ ਹੋਵੇਗਾ ਸੋ ਉਸ ਮੀਨ ਨਹੀਂ ਹੈ ਕਿ ਬਾਅਦ ਦੇ ਵਿੱਚ ਪ੍ਰੈਕਟਿਸ ਕਰਕੇ ਜਾਂ ਬਾਅਦ ਦੇ ਵਿੱਚ ਉਸ ਨੂੰ ਸਿੱਖ ਕੇ ਉਸ ਦੇ ਮਾਈਂਡ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਜਿਹੜਾ ਕਿਸ ਨੇ ਫੈਕਟਰ ਹੋ ਆਵੇਗਾ ਇਹ ਸ਼ੁਰੂਆਤ ਤੋਂ ਬਚਪਨ ਤੋਂ ਹੀ ਜਨਮ ਤੋਂ ਹੀ ਜਿਹੜਾ ਉਸ ਦੇ ਵਿੱਚ ਹੋਵੇਗਾ ਇਨਾਂ ਨੂੰ ਕਈ ਵਾਰ ਐਮ ਐਸ ਕਿਊ ਆ ਜਾਂਦੇ ਹੁੰਦੇ ਨੇ ਸੋ ਇਸ ਕਰਕੇ ਆਣਾ ਸਾਰੇ ਮੈਂ ਡਿਸਕਸ ਕੀਤੇ ਹੋਏ ਨੇ ਕੇ ਜੀ ਫੈਕਟਰ ਦੇ ਕੀ ਵਿਸ਼ੇਸ਼ਤਾਵਾਂ ਨੇ ਉਹਨਾਂ ਦੇ ਵਿੱਚੋਂ ਇੱਕ ਜਾਂ ਦੋ ਜਿਹੜੇ ਪੁਆਇੰਟ ਆ ਜਾਂਦੇ ਹੁੰਦੇ ਨੇ ਤੀਸਰਾ ਹੈ ਸਧਾਰਨ ਮਾਨਸਿਕ ਯੋਗਤਾ ਸੋ ਜਿਹੜਾ ਜੀ ਫੈਕਟਰ ਦੇ ਅਧੀਨ ਹੁੰਦਾ ਇਹਦੇ ਵਿੱਚ ਸਧਾਰਨ ਜਿਹੜੀ ਯੋਗਤਾ ਹੁੰਦੀ ਹੈ ਬੱਚੇ ਦੀ ਬੋਲਣ ਦੀ ਲਿਖਣ ਦੀ ਉੱਠਣ ਬੈਠਣ ਦੀ ਜਾਂ ਕਿਸੇ ਵੀ ਕੰਮ ਨੂੰ ਕਰਨ ਦੀ ਉਹ ਸਾਰੇ ਦੇ ਸਾਰੇ ਜਿਹੜੀ ਅਵੇਲੇਬਿਲਟੀ ਹੈ ਉਹ ਇਸੇ ਦੇ ਵਿੱਚ ਐਡ ਹੁੰਦੀ ਹੈ ਯਾਨੀ ਕਿ ਉਹ ਸਾਰੇ ਦਾ ਸਾਰੇ ਕੰਮ ਦੇ ਲਈ ਰਿਸਪੌਂਸੀਬਲ ਹੁੰਦੀ ਹੈ ਫੈਕਟਰ ਜਾਂ ਜੀ ਕਾਰਕ ਠੀਕ ਹੈ ਚੌਥਾ ਹੈ ਸਧਾਰਨ ਮਾਨਸਿਕ ਸ਼ਕਤੀ ਇਹ ਅਧੀਨ ਸਿਰਫ ਤੇ ਸਿਰਫ ਤੇ ਸਿਰਫ ਜਿਹੜਾ ਕਹਿੰਦੇ ਆ ਵਿਅਕਤੀ ਦੀ ਸਧਾਰਨ ਜਿਹੜੀ ਯੋਗਤਾ ਹੁੰਦੀ ਆ ਆਮ ਜਿਹੜੀ ਯੋਗਤਾ ਹੁੰਦੀ ਆ ਜਿਹਦੇ ਅਨਸਾਰ ਉਹ ਜਿੰਨੀ ਕੁ ਸ਼ਮਤਾ ਦੇ ਨਾਲ ਕੰਮ ਕਰ ਸਕਦਾ ਹੈ ਜਾਂ ਜਿੰਨਾ ਕੁ ਕਿਸੇ ਚੀਜ਼ ਬਾਰੇ ਜਾਣ ਸਕਦਾ ਹੈ ਉਸੇ ਨੂੰ ਹੀ ਇਸ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈਗਾ ਗਾਂ ਪੰਜਵਾਂ ਹੈ ਹਰੇਕ ਬੱਚੇ ਦੇ ਵਿੱਚ ਪ੍ਰਯੋਗ ਹਰੇਕ ਰਿਆ ਦੇ ਵਿੱਚ ਪ੍ਰਯੋਗ ਸੌਰੀ ਮੀਨ ਜਿ ਕਿ ਜੀਵਨ ਦੇ ਵਿੱਚ ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਠੀਕ ਆ ਚਾਹੇ ਛੋਟੇ ਤੋਂ ਛੋਟਾ ਲੈ ਕੇ ਤੋਂ ਵੱਡੇ ਤੋਂ ਵੱਡਾ ਕੰਮ ਜਿਹੜਾ ਹੈ ਸਧਾਰਨ ਇਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਕਿ ਸਧਾਰਨ ਕੰਮ ਹੋਗਾ ਉਸ ਦੇ ਲਈ ਹੀ ਇਸ ਨੂੰ ਇਸਤੇਮਾਲ ਕੀਤਾ ਜਾਊਗਾ ਸਧਾਰਨ ਕੰਮ ਡੇਲੀ ਦੀ ਲਾਈਫ ਦੇ ਵਿੱਚ ਅਸੀਂ ਜੋ ਵੀ ਐਕਟੀਵਿਟੀਜ਼ ਕਰਦੇ ਨੇ ਉਸ ਦੇ ਲਈ ਰਿਸਪੋਨਸੀਬਲ ਹੁੰਦਾ ਹੈ ਸਾਡਾ ਜੀ ਫੈਕਟਰ ਸਾਡੀ ਇੰਟੈਲੀਜੈਂਸ ਦੇ ਵਿੱਚ ਜਿਹਦੇ ਅਕੋਰਡਿੰਗ ਅਸੀਂ ਸਾਡੀ ਡੇਲੀ ਦੀਆਂ ਜਿਹੜੀਆਂ ਨੀਡਸ ਨੇ ਉਹਨੂੰ ਕੰਪਲੀਟ ਕਰਦੇ ਆ ਮੀਨਸ ਉੱਠਣਾ ਬੈਠਣਾ ਖਾਣਾ ਪੀਣਾ ਹਨਾ ਸੋ ਆਪਣੇ ਵਰਕ ਦੇ ਉੱਪਰ ਜਾਣਾ ਜੌਬ ਦੇ ਉੱਪਰ ਜਾਣਾ ਉਸ ਤੋਂ ਵਾਪਸ ਆਉਣਾ ਕਿਸੇ ਵੀ ਚੀਜ਼ ਨੂੰ ਜਾਂ ਐਕਟੀਵਿਟੀ ਨੂੰ ਹਨਾ ਕਰਨ ਦੇ ਸਾਡੀਆਂ ਜਿਹੜੀਆਂ ਡੇਲੀ ਦੀਆਂ ਨੀਡਸ ਨੇ ਡੇਲੀ ਦੀਆਂ ਨੀਡਸ ਨੂੰ ਪੂਰਾ ਕਰਨ ਦੇ ਜੋ ਵੀ ਐਕਟੀਵਿਟੀ ਜਿਸੀ ਕਰਦੇ ਹਾਂ ਉਹ ਸਾਡੇ ਜੀ ਸ਼ਕਤਰ ਦੇ ਕਾਰਨ ਹੀ ਹੁੰਦੀਆਂ ਹੈਗੀਆਂ ਨਹੀਂ ਗੀਆਂ ਇਸ ਤਰ੍ਹਾਂ ਹੁੰਦਾ ਹੈ ਸੁੱਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਹੁੰਦੀ ਮਤਲਬ ਕਿ ਅਸੀਂ ਜਾਂ ਪ੍ਰੈਕਟਿਸ ਰਹੀ ਜਾਂ ਇਸ ਦੇ ਵਿੱਚ ਅਭਿਆਸ ਰਹੀ ਜਾਂ ਕਿਸੇ ਹੋਰ ਤਰ੍ਹਾਂ ਦੇ ਤਰੀਕੇ ਦੇ ਨਾਲ ਕੋਈ ਚੇਂਜ ਨਹੀਂ ਕਰ ਸਕਦੇ ਸੋ ਜਨਰਲ ਫੈਕਟਰ ਜਿਹੜਾ ਸਾਡੇ ਲਾਈਫ ਦੀਆਂ ਡੇਲੀ ਦੀਆਂ ਨੀਡਸ ਨੇਗੇ ਉਸਨੂੰ ਪੂਰਾ ਕਰਨ ਦੇ ਲਈ ਜੋ ਸਾਡੇ ਮਾਈਂਡ ਦੇ ਵਿੱਚ ਮਾਈਂਡ ਸੈਟ ਹੋਇਆ ਹੈ ਸੋ ਉਸ ਦੇ ਅਕੋਰਡਿੰਗ ਹੀ ਇਹ ਕੰਮ ਕਰਦਾ ਰਹੂਗਾ ਠੀਕ ਹੈ ਸੋ ਵਿਅਕਤੀ ਦੇ ਵਿਅਕਤੀ ਵਿੱਚ ਭਿੰਨਤਾ ਹੁੰਦੀ ਹੈ ਮੀਨਸ ਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਦੇ ਵਿੱਚ ਭਿੰਨਤਾ ਹੁੰਦੀ ਹੈ ਸੋ ਕਈਆਂ ਦਾ ਕਹਿ ਸਕਦੇ ਆਂ ਜੀ ਕਰਕੇ ਜਿਹੜਾ ਉਹ ਜ਼ਿਆਦਾ ਇਫੈਕਟ ਹੁੰਦਾ ਹੈ ਕਈਆਂ ਦਾ ਕਹਿ ਸਕਦੇ ਆਂ ਕਿ ਥੋੜਾ ਜਿਹਾ ਬਿਕ ਵੀ ਹੋ ਸਕਦਾ ਹੈ ਕਿਉਂਕਿ ਜਿਨ੍ਹਾਂ ਦਾ ਮਾਈਂਡ ਲੈਵਲ ਜਾਂ ਮੈਂਟਲ ਤੌਰ ਦੇ ਉੱਪਰ ਡਿਸਟਰਬ ਹੁੰਦੇ ਨੇ ਉਹਨਾਂ ਦੇ ਵਿੱਚ ਕਿਤਨੇ ਕਿਤੇ ਇਹ ਫੈਕਟਰ ਜਿਹੜਾ ਹੈ ਉਬਿਕ ਹੋ ਜਾਂਦਾ ਹੈ ਠੀਕ ਹੈ ਬਟ ਪਾਇਆ ਹੈ ਇੱਕ ਦੇ ਵਿੱਚ ਹੀ ਜਾਵੇਗਾ ਸੋ ਇਹਨਾਂ ਦੇ ਵਿੱਚ ਥੋੜਾ ਬੁਰਤਾ ਪਰਬਤ ਜਿਹੜਾ ਹੋ ਸਕਦਾ ਹੈ ਅੰਤਰ ਜ਼ਰੂਰ ਹੋ ਸਕਦਾ ਹੈ ਸਿੱਖਣ ਦਾ ਕੋਈ ਪ੍ਰਭਾਵ ਨਹੀਂ ਹੈ ਜੀ ਫੈਕਟਰ ਇੱਕ ਅਜਿਹਾ ਫੈਕਟਰ ਹੈ ਜਿਹਦੇ ਵਿੱਚ ਸਿੱਖਣ ਨਾਲ ਕੋਈ ਫੈਕਟਰ ਨਹੀਂ ਪੈਂਦਾ ਕਿ ਮਨੁੱਖ ਸਿੱਖ ਰਿਹਾ ਹੈ ਤਾਂ ਕੋਈ ਅਫਰਸ ਨਾਲ ਨਹੀਂ ਕਿਉਂਕਿ ਉਹ ਮਨੁੱਖ ਦਾ ਵੈਸੇ ਹੀ ਇੱਕ 파ਟ ਹੈ ਸਿੱਖਿਆ ਬਟ ਉਹਦੇ ਨਾਲ ਜੀ ਫੈਕਟਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕਹਿ ਸਕਦੇ ਆ ਇਫੈਕਟ ਜਾਂ ਪ੍ਰਭਾਵ ਨਹੀਂ ਦੇਖਣ ਨੂੰ ਮਿਲੂਗਾ ਜੋ ਕੁਝ ਵੀ ਉਹ ਸਿੱਖ ਰਿਹਾ ਹੈ ਉਹ ਐਸ ਦੇ ਅਕੋਰਡਿੰਗ ਆਊਗਾ ਜਾਨੀ ਕਿ ਐਸ ਦੇ ਵਿੱਚ ਹੀ ਇੰਪਰੂਵਮੈਂਟ ਹੋਵੇਗੀ ਬਟ ਜੀ ਦੇ ਵਿੱਚ ਜੀ ਫੈਕਟਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੇ ਕੈਸਾ ਦੇਖ ਗਿਆਗੇ ਚੇਂਜ ਸਿੱਖਣ ਦੇ ਨਾਲ ਨਹੀਂ ਆਵੇਗੀ ਓਕੇ ਸੋ ਸਫਲਤਾ ਲਈ ਜ਼ਿੰਮੇਬਾਰ ਹੈ ਸੋ ਜੀਵਨ ਦੇ ਵਿੱਚ ਕਹਿੰਦੇ ਜੇਕਰ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਇਹਦੇ ਲਈ ਜੀ ਫੈਕਟਰ ਹੀ ਰਿਸਪੌਂਸੀਬਲ ਹੁੰਦਾ ਹੈ ਕਿਉਂਕਿ ਜਿਆਦਾ ਕੰਮ ਕਰਨ ਦੀ ਜਿਹੜੀ ਸ਼ਮਤਾ ਹੁੰਦੀ ਹੈ ਉਹ ਜੀ ਫੈਕਟਰ ਦੇ ਅਧੀਨ ਹੁੰਦੀ ਹੈ ਜਿਹਦੇ ਅਧੀਨ ਮਨੁੱਖ ਕੰਟੀਨਿਊ ਜਿਹੜਾ ਹੈ ਆਪਣੀਆਂ ਡੇਲੀ ਦੀ ਇਹ ਕੰਮ ਜਿਹੜੇ ਆ ਉਹ ਕਰਦੇ ਰਹਿੰਦਾ ਹੈ ਜਿਹਦੇ ਕਾਰਨ ਕਰਕੇ ਇੱਕ ਮਨੁੱਖ ਜਿਹੜਾ ਹੈ ਉਹ ਸাকਸੈਸਫੁਲ ਹੋ ਸਕਦਾ ਹੈ ਸਫਲਤਾ ਦੀ ਸੀਮਾ ਸੋ ਇੱਕ ਵਿਅਕਤੀ ਜੀ ਕਰਕ ਜਾਂਦੀ ਫੈਕਟਰ ਦੀ ਮਾਤਰਾ ਜਿੰਨੀ ਜ਼ਿਆਦਾ ਹੋਵੇਗੀ ਉਹ ਜੀਵਨ ਵਿੱਚ ਓਨਾ ਹੀ ਜ਼ਿਆਦਾ ਸਫਲ ਰਹੇਗਾ ਸੋ ਇੱਕ ਚੀਜ਼ ਇਹ ਨੋਟ ਕਰਨੀ ਕਿ ਜਿੰਨਾ ਜ਼ਿਆਦਾ ਜੀ ਫੈਕਟਰ ਜਿਹੜਾ ਇਫੈਕਟਿਵ ਹੋਵੇਗਾ ਜਿੰਨੀ ਇਸ ਦੀ ਮਾਤਰਾ ਜ਼ਿਆਦਾ ਹੋਵੇਗੀ ਓਨਾ ਹੀ ਵਿਅਕਤੀ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਪਾਉਂਦਾ ਹੈਗਾ ਸੋ ਇਹ ਫੈਕਟਰ ਸੀਗੀ ਸੋ ਇਹ ਵਿਸ਼ੇਸ਼ਤਾ ਸੀਗੀ ਜੀ ਫੈਕਟਰ ਦੀ ਨੈਕਸਟ ਹੈਗੀ ਆ ਐਸ ਫੈਕਟਰ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਸੋ ਇਹ ਵਿਸ਼ੇਸ਼ ਯੋਗਤਾ ਹੁੰਦੀ ਹੈ ਸੋ ਪਹਿਲਾ ਸਧਾਰਨ ਹੈ ਹਰ ਇੱਕ ਮਨੁੱਖ ਦੇ ਵਿੱਚ ਪਾਇਆ ਜਾਊਗਾ ਬਟ ਐਸ ਜਿਹੜਾ ਹੈ ਜਿੱਦਾਂ ਐਸ ਹੋਵੇਗਾ ਉਹ ਚੇਂਜ ਹੋ ਜਾਵੇਗਾ ਕਿਸੇ ਸਪੈਸੀਫਿਕ ਪਰਸਨ ਦੇ ਵਿੱਚ ਉਸ ਟਾਈਪ ਦਾ ਜਿਹੜਾ ਕਰ ਸਕਦਾ ਨਾ ਫੈਕਟਰ ਜਿਹੜਾ ਹੋ ਪਾਇਆ ਜਾਊਗਾ ਤੇ ਇਹਦੇ ਵਿੱਚ ਕੀ ਹੈ ਕਿ ਇਹ ਕਿਸੇ ਵਿਅਕਤੀ ਦੇ ਦੁਆਰਾ ਬੌਧਿਕ ਕਿਰਿਆ ਸੰਪਾਦਿਤ ਕੀਤੇ ਜਾਣ ਦੀ ਵਿਸ਼ੇਸ਼ ਯੋਗਤਾ ਹੁੰਦੀ ਹੈ ਮੀਨਸ ਕਿ ਜੋ ਬੱਚੇ ਦੀ ਇੰਟੈਲੀਜੈਂਸੀ ਹੈ ਉਸ ਦੇ ਵਿੱਚ ਸੰਪਾਦਿਤ ਕੀਤਾ ਜਾਂਦਾ ਹੈ ਮੀਨਸ ਐਡੀਟਿੰਗ ਕੀਤੀ ਜਾਂਦੀ ਹੈ ਜਿਹਦੇ ਨਾਲ ਉਸ ਦੇ ਵਿੱਚ ਬਹੁਤ ਸਾਰੀਆਂ ਉਸ ਦੀ ਇੰਟੈਲੀਜੈਂਸੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਡ ਕੀਤੀਆਂ ਨੇ ਜੋ ਕਿ ਉਸ ਦੇ ਜੀ ਫੈਕਟਰ ਦੇ ਵਿੱਚ ਐਡ ਨਹੀਂ ਕੀਤਾ ਜਾ ਸਕਦੀਆਂ ਮੀਨਸ ਇਸ ਦੇ ਵਿੱਚ ਉਹ ਐਕਸਪਰਟ ਹੋ ਸਕਦਾ ਹੈ ਬਾਏ ਪ੍ਰੈਕਟਿਸ ਦੂਸਰਾ ਹੈ ਵਿਸ਼ੇਸ਼ਤ ਕਿਰਿਆਵਾਂ ਸੋ ਸਪੈਸੀਫਿਕ ਐਕਟੀਵਿਟੀ ਜਿਹੜੀਆਂ ਨੇ ਉਹ ਇਸ ਫੈਕਟਰ ਦੇ ਅਧੀਨ ਹੀ ਆਉਂਦੀਆਂ ਨੇ ਸੋ ਇਹ ਕਾਰਕ ਜਿਹੜਾ ਹੈ ਮਨੁੱਖ ਦੇ ਵੱਲੋਂ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਕਿਰਿਆਵਾਂ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਇਹ ਸਾਰੀਆਂ ਕਿਰਿਆਵਾਂ ਦੇ ਵਿੱਚ ਮੌਜੂਦ ਨਹੀਂ ਹੁੰਦਾ ਠੀਕ ਹੈ ਮਤਲਬ ਕਿ ਕੋਈ ਇੱਕ ਅਜਿਹੀ ਕਿਰਿਆ ਹੋ ਸਕਦੀ ਹੈ ਜਿਸ ਦੇ ਵਿੱਚ ਬੱਚੇ ਦੇ ਲਈ ਇਹ ਕਾਰ ਜਿਹੜਾ ਹੈ ਰਿਸਪੌਂਸੀਬਲ ਹੋਊਗਾ ਕਾਰਕ ਜਿਹੜਾ ਹੈ ਰਿਸਪੌਂਸੀਬਲ ਹੋਊਗਾ ਮੀਨਸ ਅਸੀਂ ਐਗਜ਼ਾਮਪਲ ਲਾਗੇ ਕਿ ਕੋਈ ਬੱਚਾ ਜਿਹੜਾ ਹੈ ਉਹ ਇੰਗਲਿਸ਼ ਬੜੀ ਅੱਛੀ ਬੋਲ ਲੈਂਦਾ ਹੈ ਕੋਈ ਬੱਚਾ ਹੈ ਪੰਜਾਬੀ ਬੜੀ ਅੱਛੀ ਬੋਲ ਲੈਂਦਾ ਹੈ ਕੋਈ ਬੱਚਾ ਤਿੰਨੋ ਚੀਜ਼ਾਂ ਮੀਨਸ ਕਿਸ਼ਤੁਲਾ ਬਹੁਤ ਵੀ ਲੈਂਗੁਏਜ ਜਿਹੜੀ ਬੋਲ ਲੈਂਦਾ ਤੇ ਉਹਨਾਂ ਨੂੰ ਲਿਖਣਾ ਅਤੇ ਉਹਨਾਂ ਨੂੰ ਬੋਲਣ ਦੇ ਵਿੱਚ ਉਸ ਦੇ ਵਿੱਚ ਕਲਾ ਹੈਗੀ ਹੈਗੀ ਤਦ ਉਹ ਕਲਾ ਜਿਹੜੀ ਉਸ ਦੇ ਵਿੱਚ ਆਵੇਗੀ ਮੀਨਸ ਇਹ ਚੀਜ਼ ਪਾਈ ਜਾਵੇਗੀ ਕਿ ਉਹ ਬੱਚੇ ਨੂੰ ਲੈਂਗੁਏਜ ਆਉਂਦੀਆਂ ਨੇ ਤਿੰਨ ਤਰ੍ਹਾਂ ਦੀਆਂ ਲਿਖਣੀ ਵੀ ਆਉਂਦੀ ਹੈ ਤੇ ਬੋਲਣੀ ਵੀ ਆਉਂਦੀ ਹੈ ਤਾਂ ਇਹਦਾ ਮਤਲਬ ਹੈ ਉਸ ਦੇ ਵਿੱਚ ਇੱਕ ਵਿਸ਼ੇਸ਼ ਕਾਰਕ ਪਾਇਆ ਜਾਂਦਾ ਹੈ ਜਿਸ ਨੂੰ ਐਸ ਫੈਕਟਰ ਯਾਨੀ ਸਪੈਸਿਫਿਕ ਫੈਕਟਰ ਦੇ ਨਾਮ ਨਾਲ ਆਪਾਂ ਡਿਫਾਈਨ ਕਰਾਵਾਂਗੇ ਠੀਕ ਹੈ ਜੋ ਕਿ ਬਾਕੀ ਦੇ ਬੱਚਿਆਂ ਨਾਲੋਂ ਬਾਕੀ ਦੇ ਸਾਰੇ ਜਿਹੜੇ ਉਸ ਤੇ ਆਨਗਮਾਨ ਜਾਂ ਸੋਸਾਇਟੀ ਦੇ ਵਿੱਚ ਰਹਿੰਦੇ ਉਹਦੇ ਨਾਲੋਂ ਡਿਫਰੈਂਟ ਹੈ ਤੇ ਉਸ ਦੇ ਵਿੱਚ ਇਹ ਕਾਰਕ ਸਧਾਰਨ ਦੇ ਨਾਲੋਂ ਵਿਸ਼ੇਸ਼ ਜਿਹੜਾ ਪਾਇਆ ਜਾਂਦਾ ਹੈਗਾ ਠੀਕ ਹੈ ਤੀਸਰਾ ਹੈ ਸਿੱਖਿਆ ਗਿਆ ਸੋ ਇਹ ਚੀਜ਼ ਯਾਦ ਰੱਖਣੀ ਹੈ ਨਾ ਸੋ ਜਿਹੜਾ ਕਹਿ ਸਕਦੇ ਆਂ ਕਈ ਵਾਰ ਇਹ ਕੁਐਸਚਨ ਜ਼ਰੂਰ ਆਉਂਦੇ ਨੇ ਕਿ ਕਿਹੜਾ ਕਾਰਕ ਜਿਹੜਾ ਉਹ ਸਿੱਖਿਆ ਜਾਂਦਾ ਹੈ ਤਾਂ ਜਿਹੜਾ ਐਸ ਕਾਰਕ ਆ ਉਹ ਸਿੱਖਿਆ ਜਾਂਦਾ ਹੈ ਕਿਵੇਂ ਕਿਸ ਦੇ ਨਾਲ ਅਸੀਂ ਐਕਸਪੀਰੀਅੰਸ ਦੇ ਨਾਲ ਜਾਂ ਵਾਤਾਵਰਣ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਿੱਖ ਕੇ ਆਪਣੇ ਸਪੈਸੀਫਿਕ ਜਿਹੜਾ ਫੈਕਟਰ ਉਸ ਦੇ ਵਿੱਚ ਇੰਪਰੂਵਮੈਂਟ ਕਰ ਸਕਦੇ ਹਾਂ ਕਿਸੇ ਚੀਜ਼ ਦੇ ਵਿੱਚ ਵੀ ਲਾਈਕ ਅਸੀਂ ਆਪਣੇ ਉੱਪਰ ਐਗਜ਼ਾਮਪਲ ਲੈਨੇ ਆਂ ਠੀਕ ਹੈ ਕਿ ਅਸੀਂ ਖੁਦ ਟੀਚਿੰਗ ਕਰਨ ਦੇ ਲਈ ਖੁਦ ਪ੍ਰੈਕਟਿਸ ਕਰਦੇ ਹਾਂ ਅਭਿਆਸ ਕਰਦੇ ਹਾਂ ਸੋ ਬੀਅਰ ਦੇ ਦੌਰਾਨ ਈਟੀਟੀ ਦੇ ਦੌਰਾਨ ਸਾਡੀ ਟ੍ਰੇਨਿੰਗ ਲੱਗਦੀ ਹੈਗੀ ਆ ਉਸ ਟ੍ਰੇਨਿੰਗ ਦੇ ਦੌਰਾਨ ਅਸੀਂ 6 ਮਹੀਨੇ ਸਾਲ ਤੱਕ ਜਿਹੜਾ ਕਹਿ ਸਕਦੇ ਹਾਂ ਪ੍ਰੈਕਟਿਸ ਕਰਦੇ ਹਾਂ ਸਟੇਜ ਦੇ ਉੱਪਰ ਬੋਲਦੇ ਹਾਂ ਸੋ ਉਹ ਚੀਜ਼ ਕੀ ਹੈਗੀ ਆ ਸਾਡੇ ਵਿੱਚ ਇੰਪਰੂਵਮੈਂਟ ਕਰ ਰਹੀ ਹੈਗੀ ਆ ਔਰ ਸਾਨੂੰ ਉਸ ਤਰ੍ਹਾਂ ਦਾ এনवायरमेंट ਜਿਹੜਾ ਉਹ ਕ੍ਰੀਏਟ ਕਰਕੇ ਦਿੱਤਾ ਜਾਂਦਾ ਹੈ ਸਾਡੇ ਟੀਚਰਾਂ ਦੇ ਦੁਆਰਾ ਤਾਂ ਕਿ ਆਪਾਂ ਉਸ ਚੀਜ਼ ਨੂੰ ਸਿੱਖ ਸਕੀਏ ਅਤੇ ਅੱਗੇ ਜਾ ਕੇ ਉਸ ਦੇ ਵਿੱਚ ਐਕਸਪਰਟ ਹੋ ਕੇ ਆਪਣੀ ਜੌਬ ਦੀ ਜਿਹੜੀ ਤਲਾਸ਼ ਉਹ ਕਰ ਸਕੀਏ ਹੈਨਾ ਸੋ ਇਹੀ ਚੀਜ਼ ਜਿਹੜੀ ਹੈ ਉਹ ਇੱਥੇ ਐਡ ਕੀਤੀ ਗਈ ਹੈ ਮੀਨਜ਼ ਕਿ ਇਹ ਜਨਮ ਤੋਂ ਨਹੀਂ ਹੁੰਦਾ ਇਹ ਸਪੈਸ਼ਲੀ ਟ੍ਰੇਨਡ ਕੀਤਾ ਜਾਂਦਾ ਹੈ ਸਿੱਖਿਆ ਜਾਂਦਾ ਹੈ ਤੇ ਉਸ ਦੇ ਨਾਲ ਹੀ ਇਹ ਇੱਕ ਬੱਚੇ ਦੇ ਵਿੱਚ ਡਿਵੈਲਪ ਹੋਊਗਾ ਇਹ ਨਹੀਂ ਹੁੰਦਾ ਕਿ ਜਨਮ ਦੇ ਵਿੱਚੋਂ ਹੀ ਇਹ ਐਡ ਹੋ ਜਾਊਗਾ ਕੋਈ ਬਚਪਨ ਤੋਂ ਹੀ ਦਾ ਕਹਿ ਸਕਦੇ ਜਦੋਂ ਜਨਮ ਲੈਣ ਦਾ ਉਦੋਂ ਤੋਂ ਹੀ ਕੋਈ ਟੀਚਰ ਨਹੀਂ ਹੁੰਦਾ ਉਦੋਂ ਤੋਂ ਹੀ ਕੋਈ ਸਿੰਗਰ ਨਹੀਂ ਹੁੰਦਾ ਹੈ ਉਦੋਂ ਤੋਂ ਹੀ ਕੋਈ ਐਕਟਰ ਨਹੀਂ ਹੁੰਦਾ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਕਰਨੇ ਪੈਂਦੇ ਨੇ ਅਲੱਗ-ਅਲੱਗ ਤਰ੍ਹਾਂ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਉਹਦੇ ਬਦੌਲਤ ਹੀ ਉਸ ਦਾ ਸਪੈਸੀਫਿਕ ਅਸਰ ਜਿਹੜਾ ਹੈ ਉਹ ਇੰਪਰੂਵ ਹੁੰਦਾ ਹੈ ਠੀਕ ਹੈ ਚੌਥਾ ਹੈ ਕਿਰਿਆ ਕਿਰਿਆ ਕਰਕੇ ਕਿਰਿਆ ਦੇ ਵਿੱਚ ਕਿਰਿਆ ਦੇ ਵਿੱਚ ਅੰਤਮੀਨ ਤੇ ਨਾ ਸੋ ਵੇਰੀਅਸ ਫ੍ਰੋਮ ਐਕਟੀਵਿਟੀ ਟੂ ਐਕਟੀਵਿਟੀ ਜਾਨੀ ਕਿ ਕਿਰਿਆ ਤੋਂ ਕਿਰਿਆ ਦੇ ਵਿੱਚ ਜਿਹੜਾ ਉਹ ਅੰਤਰ ਦੇਖਣ ਨੂੰ ਮਿਲਦਾ ਹੈਗਾ ਇੱਥੇ ਸੋ ਇਸ ਦੇ ਵਿੱਚ ਇੱਕ ਵਿਅਕਤੀ ਦੀਆਂ ਵੱਖ-ਵੱਖ ਕਰਿਆਵਾਂ ਜਾਂ ਕੰਮਾਂ ਦੇ ਵਿੱਚ ਅੰਤਰ ਪਾਇਆ ਜਾ ਸਕਦਾ ਹੈ ਸੋ ਇਸ ਤਰ੍ਹਾਂ ਇੱਕ ਵਿਸ਼ੇਸ਼ ਵਿਅਕਤੀ ਦੇ ਵਿੱਚ ਇੱਕ ਕਾਰਕ ਦੀ ਮਾਤਰਾ ਉਸ ਸਥਿਰ ਜਾਂ ਸਤਾਈ ਨਹੀਂ ਹੁੰਦੀ ਮੀਨਸ ਕਿ ਇੱਕੋ ਹੀ ਪਰਸਨ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਇੱਕ ਹੀ ਕੰਮ ਨੂੰ ਲੈ ਕੇ ਉਹਨਾਂ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈ ਸੋ ਅਗਰ ਉਸ ਨੂੰ ਹੋ ਸਕਦਾ ਹੈ ਕਿ ਪਹਿਲਾਂ ਅੱਛੇ ਤਰੀਕੇ ਦੇ ਨਾਲ ਨਾ ਕਰਦਾ ਹੋਵੇ ਬਟ ਜਿੱਦਾਂ ਹੀ ਉਹ ਪ੍ਰੈਕਟਿਸ ਕਰਦਾ ਜਾਵੇ ਹੋ ਸਕਦਾ ਹੈ ਕਿ ਉਸ ਦੇ ਵਿੱਚ ਇੰਪਰੂਵਮੈਂਟ ਹੋ ਜਾਵੇ ਤੇ ਉਸ ਇੰਪਰੂਵਮੈਂਟ ਦੇ ਨਾਲ ਉਹ ਉਸ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕੇ ਮੀਨ ਜਿਕੇ ਇਹ ਜਿਹੜਾ ਫੈਕਟਰ ਹੈ ਇਹ ਸਥਿਰ ਨਹੀਂ ਰਹੂਗਾ ਇਹ ਚੇਂਜ ਹੁੰਦਾ ਰਹੂਗਾ ਬਾਈ ਪ੍ਰੈਕਟਿਸ ਠੀਕ ਹੈ ਮੀਨਸ ਕਿ ਬੱਚਾ ਜੇ ਕੋਈ ਪਰਸਨ ਜਿਹੜਾ ਹੈ ਉਹ ਅਭਿਆਸ ਕਰੇਗਾ ਤੇ ਉਸ ਅਭਿਆਸ ਦੇ ਨਾਲ ਉਸ ਦੇ ਵਿੱਚ ਇੰਪਰੂਵਮੈਂਟ ਕਰਕੇ ਉਸ ਦੇ ਵਿੱਚ ਪਰਵਰਤਨ ਕਰ ਸਕਦਾ ਹੈ ਜਿਸ ਕਾਰਨ ਕਰਕੇ ਇਸ ਦੇ ਵਿੱਚ ਸੁਧਾਰ ਵੀ ਆ ਜਾਂਦਾ ਹੈ ਜੈਸੀ ਕਹਿ ਸਕਦੇ ਆ ਇਹ ਸਥਾਈ ਤੋਂ ਨਹੀਂ ਹੁੰਦਾ ਜਾਂ ਸਥਿਰ ਜਿਹੜਾ ਨਹੀਂ ਰਹਿੰਦਾ ਇਸ ਤੋਂ ਇਲਾਵਾ ਕਈ ਵਾਰ ਕਿਸੇ ਬੱਚੇ ਦਾ ਇੰਟਰਸਟ ਪਹਿਲਾਂ ਮਿਊਜ਼ਿਕ ਦੇ ਵਿੱਚ ਹੁੰਦਾ ਹੈ ਬਾਅਦ ਦੇ ਵਿੱਚ ਉਹ ਮੈਥ ਦੇ ਵਿੱਚ ਲੈਂਦਾ ਹੈ ਮੈਥ ਤੋਂ ਬਾਅਦ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਲੈਣਾ ਸੋ ਇਸ ਕਰਕੇ ਇਹਨਾਂ ਦੇ ਵਿੱਚ ਵੀ ਜਿਹੜਾ ਉਹ ਇਫੈਕਟ ਦੇਖਣ ਨੂੰ ਮਿਲ ਲਹੇਗਾਗਾ ਦੇਖ ਤਾਂ ਹੈ ਵਿਅਕਤੀ ਤੋਂ ਵਿਅਕਤੀ ਦੇ ਵਿੱਚ ਅੰਤਰ ਸੋ ਇਹ ਚੀਜ਼ ਇੱਥੇ ਰਿਸਪਾਂਸਿਬਲ ਹੈ ਕਿ ਹਰ ਇੱਕ ਵਿਅਕਤੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਯੋਗਤਾਵਾਂ ਹੁੰਦੀਆਂ ਨੇ ਅਤੇ ਜਿਹੜਾ ਪਰਸਨ ਜਿਸ ਕੰਮ ਦੇ ਵਿੱਚ ਜ਼ਿਆਦਾ ਐਕਸਪਰਟ ਹੋ ਜਾਂਦਾ ਹੈ ਉੱਥੇ ਉਸ ਦਾ ਉਹੀ ਸਪੈਸੀਫਿਕ ਜਿਹੜਾ ਫੈਕਟਰ ਹੈ ਹੋ ਰਿਸਪਾਂਸਿਬਲ ਜਿਹੜਾ ਹੋ ਜਾਂਦਾ ਹੈ ਸੋ ਇਹ ਸੋਕਾਇਆ ਪੁਆਇੰਟ ਹੈ ਨਾ ਨੈਕਸਟ ਹੈ ਬਹੁਤ ਸਾਰੇ ਐਸਕਾਰ ਕੇ ਜਿਹੜੇ ਨੇ ਮੌਜੂਦ ਨੇਗੇ ਸੋ ਐਸਕਾਰ ਕੇ ਵਿੱਚ ਕਹਿ ਸਕਦੇ ਇੱਕ ਹੀ ਨਹੀਂ ਹੁੰਦਾ ਮਤਲਬ ਇਹ ਕਹਿੰਦੇ ਕਿ ਬਹੁਤ ਸਾਰੇ ਕਾਰਕ ਇਸ ਦੇ ਵਿੱਚ ਹੁੰਦੇ ਨੇਗੇ ਐਸ ਦੇ ਵਾਲੀ ਪਾਰਟ ਦੇ ਵਿੱਚ ਇਸ ਨੂੰ ਅਲੱਗ-ਅਲੱਗ ਕੰਮਾਂ ਦੇ ਲਈ ਅਲੱਗ-ਅਲੱਗ ਐਕਟੀਵਿਟੀਜ਼ ਦੇ ਲਈ ਅਲੱਗ-ਅਲੱਗ ਪਰਸਨਾਂ ਦੇ ਵਿੱਚ ਸਾਰੇ ਜਨਰਾਂ ਜਿਹੜੇ ਕਹਿ ਸਕਦੇ ਹਾਂ ਬਹੁਤ ਵੱਡੀ ਸੰਖਿਆ ਦੇ ਵਿੱਚ ਮਿਲਦੇ ਨੇ ਇਸ ਕਰਕੇ ਅਸੀਂ ਇਹ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਇੱਕ ਹੀ ਹੈ ਮੀਨਜ਼ ਕਿ ਜੇਕਰ ਅਸੀਂ ਗੱਲ ਕਰਕੇ ਸਾਰੇ ਮਨੁੱਖਾਂ ਦੇ ਵਿੱਚ ਸਿਰਫ 뮤직 ਜਾਂ ਕਹਿ ਸਕਦੇ ਹਾਂ ਸਿੰਗਰ ਬਣਨ ਦਾ ਜਾਂ ਕਹਿ ਸਕਦੇ ਹਾਂ ਨਾ ਕੋਈ ਐਕਟਰ ਬਣਦੇ ਹੀ ਹੋਣੇ ਹੈ ਅਲੱਗ-ਅਲੱਗ ਤਰ੍ਹਾਂ ਦੇ ਨੇ ਹਰੇਕ ਦੇ ਵਿੱਚ ਡਿਫਰੈਂਟ ਤਰ੍ਹਾਂ ਦਾ ਜਿਹੜਾ ਪਾਇਆ ਜਾਂਦਾ ਹੈਗਾ ਔਰ ਕਈਆਂ ਦੇ ਵਿੱਚ ਉਸ ਤੋਂ ਜ਼ਿਆਦਾ ਵੀ ਪਾਇਆ ਜਾਂਦਾ ਨਹੀਂ ਜੀ ਕੋਈ ਡਾਕਟਰ ਵੀ ਹੋ ਜਾਂਦਾ ਕੋਈ ਐਕਟਰ ਵੀ ਬਣ ਜਾਂਦਾ ਕੋਈ ਸਿੰਗਰ ਵੀ ਬਣ ਜਾਂਦਾ ਹੈ ਕੋਈ ਟੀਚਰ ਵੀ ਬਣ ਜਾਂਦਾ ਹੈ ਕੋਈ ਕਮੇਡੀਅਨ ਵੀ ਬਣ ਜਾਂਦਾ ਤਾਂ ਉਹਦੇ ਵਿੱਚੋਂ ਸਾਰੇ ਗੁਣ ਵੀ ਆ ਜਾਂਦੇ ਨੇ ਤਾਂ ਇਹਦਾ ਮਤਲਬ ਉਸ ਦੇ ਵਿੱਚ ਬਹੁਤ ਸਾਰੇ ਐਸ ਫੈਕਟਰ ਜਿਹੜੇ ਉਹ ਹੈਗੇ ਨੇ ਜੀ ਠੀਕ ਹੈ ਸਤਵਾਂ ਹੈ ਵਿਸ਼ੇਸ਼ ਮਾਨਸਿਕ ਸ਼ਕਤੀ ਉਸ ਉਹ ਜਿਹੜੇ ਵਿਅਕਤੀ ਦੇ ਵਿੱਚ ਕਹਿ ਸਕਦੇ ਹੈਗੇ ਕਿ ਐਸ ਫੈਕਟਰ ਜ਼ਿਆਦਾ ਐਕਟਿਵ ਹੈ ਤਾਂ ਇਹਦਾ ਮਤਲਬ ਉਸ ਦੀ ਜਿਹੜੇ ਮਾਨਸਿਕ ਲੈਵਲ ਹੈ ਉਹ ਜ਼ਿਆਦਾ ਅੱਛਾ ਹੋਵੇਗਾ ਵਿਸ਼ੇਸ਼ ਸਮਝਿਆ ਜਾਵੇਗਾ ਬਾਕੀ ਦੇ ਸਟੂਡੈਂਟ ਜਾਂ ਬਾਕੀ ਦੇ ਬੱਚਿਆਂ ਦੇ ਨਾਲੋਂ ਕਿਉਂਕਿ ਉਹਦੇ ਵਿੱਚ ਬਹੁਤ ਸਾਰੀ ਐਕਟੀਵਿਟੀ ਕਰਨ ਦੀ ਜਿਹੜੀ ਹੈ ਸ਼ਮਤਾ ਜਾਂ ਸ਼ਕਤੀ ਜਿਹੜੀ ਹੈ ਉਹ ਹੋਵੇਗੀ ਵਿਸ਼ੇਸ਼ ਖੇਤਰ ਦੇ ਵਿੱਚ ਸਫਲਤਾ ਸੋ ਇਹ ਹੀ ਪਹਿਲਾਂ ਮੈਂ ਦੱਸ ਚੁੱਕਿਆ ਕਿ ਹਨਾ ਇੱਕ ਖੇਤਰ ਹੋ ਸਕਦਾ ਹੈ ਦੋ ਖੇਤਰ ਹੋ ਸਕਦਾ ਹੈ ਉਸ ਦੇ ਵਿੱਚ ਬੱਚਾ ਜਿਹੜਾ ਹੈ ਆਪਣੀ ਕਹਿ ਸਕਦੇ ਹਾਂ ਸਫਲਤਾ ਹਾਸਲ ਕਰਦਾ ਹੈ ਬਟ ਜਿਹੜਾ ਜੀ ਫੈਕਟਰ ਹੈ ਉਹ ਸਾਰੇ ਮਨੁੱਖਾਂ ਦੇ ਲਈ ਕਹਿ ਸਕਦੇ ਹੈਗੇ ਹੈਲਪਫੁਲ ਹੁੰਦਾ ਹੈ ਮੀਨਜ਼ ਕਿ ਹਰ ਇੱਕ ਮਨੁੱਖ ਦੀ ਕਾਮਯਾਬੀ ਦੇ ਪਿੱਛੇ ਜਿਹੜਾ ਉਸਤਾਦ ਹੁੰਦਾ ਹੈ ਪਟ ਜਿਹੜਾ ਐਸ ਵਾਲਾ ਫੈਕਟਰ ਹੈਗਾਗਾ ਸੋ ਇਹ ਕੁਝ ਵਿਸ਼ੇਸ਼ ਖੇਤਰ ਦੇ ਵਿੱਚ ਹੀ ਸਾਨੂੰ ਜਿਹੜਾ ਕਹਿ ਸਕਦੇ ਹਾਂ ਗਿਆਂਗੇ ਸਫਲਤਾ ਦਿਵਾਵੇਗਾ ਮੀਨ ਸਾਨੂੰ ਕੁਝ ਵੀ ਹੈ ਨਾ ਬਣਾ ਸਕਦਾ ਹੈ ਸਾਨੂੰ ਸਾਇੰਟਿਸਟ ਬਣਾ ਸਕਦਾ ਹੈ ਸਾਨੂੰ ਡਾਕਟਰ ਬਣਾ ਸਕਦਾ ਹੈ ਸਾਨੂੰ ਇੰਜੀਨੀਅਰ ਬਣਾ ਸਕਦਾ ਹੈ ਸਿਰਫ ਇੱਕ ਖੇਤਰ ਦੇ ਵਿੱਚ ਹੋਊਗਾ ਬਟ ਜਿਹੜਾ ਜਨਰਲ ਵਾਲਾ ਹੈ ਉਹ ਸਾਡੇ ਸਾਰੇ ਜਿਹੜੀਆਂ ਦਿਨਕ ਐਕਟੀਵਿਟੀਜ਼ ਨੇ ਉਹਨਾਂ ਦੇ ਲਈ ਹੈਲਪਫਲ ਹੁੰਦਾ ਹੈ ਤੇ ਸਾਨੂੰ ਉਹਨਾਂ ਦੇ ਵਿੱਚ ਉਹ ਐਕਸਪਰਟ ਜਿਹੜਾ ਕਹਿ ਸਕਦੇ ਬਣਾਉਂਦਾ ਹੈਗਾ ਨਮ ਹੈ ਸਫਲਤਾ ਦੀ ਮਾਤਰਾ ਸੋ ਵਿਅਕਤੀ ਦੇ ਵਿੱਚ ਐਸ ਕਾਰਕ ਜਿੰਨਾ ਜ਼ਿਆਦਾ ਹੋਵੇਗਾ ਉਹ ਕਿਸੇ ਵਿਸ਼ੇਸ਼ ਖੇਤਰ ਦੇ ਵਿੱਚ ਉਨਾ ਹੀ ਜ਼ਿਆਦਾ ਸਫਲ ਹੋਵੇਗਾ ਇਹ ਦੋਨਾਂ ਦੇ ਵਿੱਚ ਹੈ ਸੋ ਇਸ ਬਾਰੇ ਉਹਨਾਂ ਕੋਈ ਖਾਸ ਕਹਿ ਨਹੀਂ ਸਕਦੇ ਆਪਾਂ ਹੈਗੇ ਸੋ ਕੁਝ ਕੰਮਾਂ ਦੇ ਵਿੱਚ ਕਹਿੰਦੇ ਜੀ ਕਾਰਕ ਦੀ ਜ਼ਿਆਦਾ ਲੋਡ ਹੁੰਦੀ ਹੈ ਤੇ ਕੁਝ ਦੇ ਵਿੱਚ ਐਸ ਕਾਰਕ ਜਿਹੜਾ ਹੈ ਉਸ 'ਤੇ ਜ਼ਿਆਦਾ ਲੋਡ ਹੁੰਦੀ ਹੈ ਸੋ ਇਹ ਲੋਡ ਜਿਹੜੀ ਹੈ ਡਿਪੈਂਡ ਕਰੇਗੀ ਕਿ ਪੱচ্চਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਜਿਹੜਾ ਕੰਮ ਕਰ ਰਿਹਾ ਹੈ ਸੋ ਇਹਦੀ ਐਗਜ਼ਾਮਪਲ ਹੈ ਕਿ ਜਿਹੜਾ ਗਣਿਤ ਸਬੰਧੀ ਸਮੱਸਿਆ ਦਾ ਹੱਲ ਲੱਭਣ ਦੇ ਲਈ ਸਾਨੂੰ ਜੀ ਕਾਰਕ ਦੀ ਜ਼ਿਆਦਾ ਲੋਡ ਪਵੇਗੀ ਕਿਉਂਕਿ ਇਹ ਜਰਨਲ ਦੇ ਅਧੀਨ ਆ ਵੀਗਾ ਠੀਕ ਹੈ ਔਰ ਜਦੋਂ ਅਸੀਂ ਚਿੱਤਰਕਲਾ ਦੀ ਗੱਲ ਕਰਾਂਗੇ ਜਾਂ ਸੰਗੀਤ ਦੀ ਗੱਲ ਕਰਾਂਗੇ ਤਾਂ ਉਸ ਦੇ ਲਈ ਸਾਨੂੰ ਸਪੈਸੀਫਿਕ ਜਿਹੜਾ ਫੈਕਟਰ ਹੈ ਉਸ ਦੀ ਜ਼ਿਆਦਾ ਲੋੜ ਪਵੇਗੀ ਕਿਉਂਕਿ ਜਿਹੜਾ ਗਣਿਤ ਹੈ ਉਹ ਹਾਲਾਂਕਿ ਹੈ ਦਾ ਵਿਸ਼ੇਸ਼ ਸਬਜੈਕਟ ਹੈ ਬਟ ਉਸ ਨੂੰ ਸਧਾਰਨ ਤਰੀਕੇ ਦੇ ਨਾਲ ਮਤਲਬ ਜਰਨਲ ਅਬਿਲਟੀ ਦੇ ਅਕੋਰਡਿੰਗ ਹੀ ਜਿਹੜਾ ਕਹਿ ਸਕਦੇ ਹਾਂ ਸਮਝਿਆ ਜਾ ਸਕਦਾ ਹੈ ਪਰ ਜਿਹੜੀ ਚਿੱਤਰਕਲਾ ਹੈ ਉਹ ਡਰਾਇੰਗ ਕਰਨੀ ਪਣੀ ਹੈ ਔਰ ਡਰਾਇੰਗ ਕਰਨ ਦੇ ਲਈ ਸਾਡੇ ਵਿੱਚ ਉਹ ਕਲਾ ਹੋਣੀ ਜ਼ਰੂਰੀ ਹੈ ਤਾਂ ਹੀ ਅਸੀਂ ਕਿਸੇ ਕਹਿ ਸਕਦੇ ਹਾਂ ਨਾ ਪੇਜ ਦੇ ਉੱਪਰ ਕਿਸੇ ਤਰ੍ਹਾਂ ਦੀ ਕਿਸੇ ਵੀ ਵਿਅਕਤੀ ਦੀ ਜਿਹੜੀ ਹੈ ਉਹ ਡਰਾਇੰਗ ਕਰ ਸਕਦੇ ਨਹੀਂ ਜਾਂ ਕਿਸੇ ਵੀ ਟਾਈਪ ਦੀ ਜਿਹੜੀ ਡਰਾਇੰਗ ਉਹ ਕਰ ਸਕਦੇ ਨਹੀਂ ਜੇਕਰ ਸਾਡੇ ਵਿੱਚ ਸਪੈਸੀਫਿਕ ਫੈਕਟਰ ਜਿਹੜਾ ਹੈ ਉਹ ਜ਼ਿਆਦਾ ਹੋਵੇਗਾ ਠੀਕ ਹੈ ਜਨਰਲ ਜਿਹੜਾ ਹੈ ਉਹ ਮੈਥ ਦੇ ਨਾਲ ਜੁੜਿਆ ਹੈ ਬਟ ਜੇਕਰ ਅਸੀਂ ਗੱਲ ਕਰਾਂਗੇ ਸਪੈਸੀਫਿਕ ਦੀ ਤਾਂ ਸਪੈਸ਼ਲ ਟਾਈਪ ਦਾ ਜਿਹੜਾ ਕੈਸਾ ਦੇ ਹੋਵੇਗਾ ਵਿਸ਼ੇਸ਼ ਕੋਣ ਜਿਹੜਾ ਹੋਵੇਗਾ ਸੋ ਜਿੰਨਾਂ ਦੇ ਵਿੱਚ ਜੀ ਕਰਕੇ ਜ਼ਿਆਦਾ ਅਤੇ ਐਸ ਕਾਰਕ ਘੱਟ ਹੁੰਦਾ ਹੈ ਉਹ ਜ਼ਿੰਦਗੀ ਦੇ ਵਿੱਚ ਜ਼ਿਆਦਾ ਸਫਲ ਰਹਿੰਦੇ ਨੇ ਹੁਣੇ ਤੁਸੀਂ ਆਪਣੇ ਕੋ ਡਿਪੈਂਡ ਕਰ ਸਕਦੇ ਹੋ ਕਿ ਤੁਹਾਡੇ ਵਿੱਚ ਕਿਹੜਾ ਜਿਹੜਾ ਕਾਰਕ ਹੋ ਰਿਸਪੌਂਸੀਬਲ ਹੈਗਾਗਾ ਸਪੀਅਰਮੈਨ ਨੇ ਇਸ ਤੋਂ ਦੱਸਿਆ ਹੈ ਕਿ ਜੀ ਅਤੇ ਐਸ ਕਾਰਕ ਵਿਚਕਾਰ ਹਮੇਸ਼ਾ ਜਿਹੜਾ ਹੈ ਉਹ ਪੋਜ਼ਿਟਿਵ ਸਬੰਧ ਜਿਹੜਾ ਹੋ ਰਿਹਾ ਹੁੰਦਾ ਹੈ ਇਹ ਪੁਆਇੰਟ ਨੋਟ ਕਰ ਲੈਣਾ ਲਾਸਟ ਵਾਲਾ ਜੀ ਅਤੇ ਐਸ ਕਾਰਕ ਦੇ ਵਿੱਚ ਸਬੰਧ ਕਿਹੋ ਜਿਹਾ ਰਹਿੰਦਾ ਹੈ ਸਪੀਅਰਮੈਨ ਦੇ ਅਕੋਰਡਿੰਗ ਪੋਜ਼ਿਟਿਵ ਰਹਿੰਦਾ ਹੈ ਇੱਕ ਵਚਨ ਆ ਜਾਂਦਾ ਹੁੰਦਾ ਤਾਂ ਇਸ ਚੀਜ਼ ਨੂੰ ਤੁਸੀਂ ਨੋਟ ਕਰ ਲੈਣਾ ਓਕੇ ਸੋ ਨੈਕਸਟ ਹੈਗਾ ਅਗਰ ਸੋ ਇਹ ਹੁਣ ਚੱਲ ਰਿਹਾ ਹੈ ਹਾਲਾਂਕਿ ਇਹ ਥਿਓਰੀ ਦੇ ਵਿੱਚ ਐਡ ਨਹੀਂ ਹੈ ਮੀਨਸ ਕਿ ਹੋ ਸਕਦਾ ਕਿ ਇਹ ਸਵਾਲ ਆ ਜਾਵੇ ਬਟ ਇਸ ਦੀ ਸੁਭਾਵਨਾ ਨਹੀਂ ਹੁੰਦੀ ਜ਼ਿਆਦਾਤਰ 2 ਫੈਕਟਰ ਨੂੰ ਲੈ ਕੇ ਹੀ ਸਿਧਾਂਤ ਬਾਰੇ ਪੁੱਛਿਆ ਜਾਂਦਾ ਹੁੰਦਾ ਹੈ ਪੇਪਰ ਦੇ ਵਿੱਚ ਪਰ ਵਰਤਮਾਨ ਸਮੇਂ ਇਸ ਦਾ ਜਿਹੜਾ ਹੈ ਤੀਸਰਾ ਸਿਧਾਂਤ ਆ ਉਹ ਐਡ ਕਰ ਦਿੱਤਾ ਹੈਗਾ ਜਿਸ ਕਰਕੇ ਇਸ ਨੂੰ 3 3 ਫੈਕਟਰ ਦੇ ਨਾਮ ਨਾਲ ਵੀ ਜਿਹੜਾ ਜਾਣਿਆ ਸ਼ੁਰੂ ਕਰ ਦਿੱਤਾ ਹੈਗਾ ਠੀਕ ਹੈ ਤੀਸਰਾ ਫੈਕਟਰ ਕੀ ਹੈ ਕਿ ਸਪੀਰਮੈਨ ਨੇ ਇੱਕ ਤਾਂ ਇਸ ਦੇ ਵਿੱਚ ਪਹਿਲਾਂ ਜੀ ਵਾਲਾ ਤਾਰਕ ਜੋੜਿਆ ਸੀ ਉਸ ਤੋਂ ਬਾਅਦ ਇਸ ਦੇ ਵਿੱਚ ਐਸ ਵਾਲਾ ਔਰ ਇਸ ਤੋਂ ਲਾਬਤ ਤੀਸਰਾ ਕਾਰਕ ਜੋੜਿਆ ਸੀਗਾ ਜਿਸ ਨੂੰ ਸਮੂਹ ਕਰਕੇ ਕਿਹਾ ਸੀਗਾ ਗਰੁੱਪ ਫੈਕਟਰ ਦੇ ਨਾਮ ਨਾਲ ਇਹਨੇ ਜਾਣਿਆ ਸੀਗਾ ਜਾਣਿਆ ਜਾਂਦਾ ਹੈ ਜਿਸ ਨੂੰ ਠੀਕ ਹੈ ਸਮੂਹ ਕਰਕੇ ਕੀ ਹੈਗਾਗਾ ਜੀ ਕਾਰਕ ਤੋਂ ਘੱਟ ਸਧਾਰਨ ਹੈ ਅਤੇ ਵਿਆਪਕ ਤੇ ਸਮਰੂਪ ਹੁੰਦਾ ਹੈਗਾਗਾ ਅਤੇ ਐਸ ਕਾਰਕ ਤੋਂ ਜ਼ਿਆਦਾ ਸਧਾਰਨ ਅਤੇ ਵਿਆਪਕ ਤੇ ਸਮਰੂਪ ਹੁੰਦਾ ਹੈ ਸੋ ਇਸ ਕਾਰਕ ਇਤੇ ਸ਼ਾਇਦ ਗਲਿਟ ਹੋ ਗਿਆ ਹੈ ਸੋ ਇਸ ਕਾਰਕ ਇਤੇ ਇਨਕਲੂਡ ਹੈਗਾਗਾ ਠੀਕ ਹੈ ਸਮੂਹ ਕਰਕੇ ਜਿਹੜਾ ਹੈ ਯਾਨੀ ਕਿ ਗਰੁੱਪ ਫੈਕਟਰ ਜਿਹੜਾ ਹੈ ਉਹ ਜੀ ਕਾਰਕ ਤੋਂ ਘੱਟ ਸੁਧਾਰਨ ਹੋਵੇਗਾ ਵਿਆਪਕ ਘੱਟ ਹੋਵੇਗਾ ਸਮਰੂਪ ਘੱਟ ਹੋਵੇਗਾ ਔਰ ਐਸ ਕਾਰਕ ਤੋਂ ਜਿਹੜਾ ਹੈ ਇਹ ਜ਼ਿਆਦਾ ਸੁਧਾਰਨ ਹੋਵੇਗਾ ਵਿਆਪਕ ਹੋਵੇਗਾ ਤੇ ਸਮਰੂਪ ਹੋਵੇਗਾ ਸੋ ਇਸ ਦੀ ਇਹ ਵਿਸ਼ੇਸ਼ਤਾ ਹੋਵੇਗੀ ਓਕੇ ਸੋ ਇਹਦੇ ਬਾਰੇ ਜ਼ਿਆਦਾ ਜਿਹੜਾ ਪੁੱਛਿਆ ਨਹੀਂ ਜਾਂਦਾ ਹੈਗਾ ਕਿ ਅਜ ਤੱਕ ਕੋਈ ਵੀ ਜਿਹੜਾ ਅਸਟਾ ਕੁਐਸਚਨ ਆਇਆ ਹੈਗਾ ਸੋ ਅਗੇ ਹੈਗਾ ਕਿ ਜਿਹੜੀ ਅਸੀਂ ਇਹ ਥਿਉਰੀ ਪੜ੍ਹੀ ਹੈ ਸਪੀਅਰਮਨ ਦੀ ਟੂ ਫੈਕਟਰ ਇੰਟੈਲੀਜੈਂਸੀ ਵਾਲੀ ਸੋ ਇਹਦਾ ਸ਼ਿਕਿਆ ਦੇ ਵਿੱਚ ਕੀ ਮਹੱਤਵ ਹੈਗਾ ਸੋ ਅਸੀਂ ਰੀਡ ਤਾਂ ਕਰ ਲਈਏ ਸਾਨੂੰ ਇਸ ਦੀ ਕੀ ਹੈਲਪ ਲਈ ਜਾ ਸਕਦੀ ਇਸ ਦੇ ਨਾਲ ਅਸੀਂ ਕੀ ਕਹਿ ਸਕਦੇ ਹਾਂ ਹੈਲਪ ਸਾਡੀ ਹੋ ਸਕਦੀ ਹੈਗੀ ਹੈ ਟੀਚਰ ਦੇ ਤੌਰ ਦੇ ਉੱਪਰ ਠੀਕ ਹੈ ਤਾਂ ਸਧਾਰਨ ਤੇ ਵਿਸ਼ੇਸ਼ ਯੋਗਤਾ ਦੀ ਜਾਣਕਾਰੀ ਸੋ ਜਦੋਂ ਅਸੀਂ ਇਸ ਥਿਉਰੀ ਨੂੰ ਪੜ੍ਹਦੇ ਹਾਂ ਤਾਂ ਸਾਡੇ ਵਿੱਚ ਮੀਨਸ ਕਿ ਅਧਿਆਪਕ ਦੇ ਵਿੱਚ ਬੱਚਿਆਂ ਨੂੰ ਸਮਝਣ ਦੇ ਲਈ ਸਧਾਰਨ ਤੇ ਵਿਸ਼ੇਸ਼ ਯੋਗਤਾ ਜਿਹੜੀ ਹੈ ਉਹ ਡਿਵੈਲਪ ਹੋ ਜਾਂਦੀ ਹੈ ਮੀਨਸ ਅਧਿਆਪਕ ਦੀ ਯੋਗਤਾ ਹੋ ਜਾਂਦੀ ਹੈ ਸਮਝਣ ਦੀ ਕਿ ਬੱਚੇ ਦੇ ਵਿੱਚ ਕਿਸ ਟਾਈਪ ਦੀ ਯੋਗਤਾ ਹੈ ਕਿ ਉਹ ਸਧਾਰਨ ਹੈ ਕਿ ਉਹ ਵਿਸ਼ੇਸ਼ ਹੈ ਔਰ ਉਸ ਦੇ ਵਿੱਚ ਕਿਸ ਫੈਕਟਰ ਦਾ ਜ਼ਿਆਦਾ ਯੋਗਦਾਨ ਹੈ ਤੇ ਉਸ ਦੇ ਵਿੱਚ ਅਸੀਂ ਇਹਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ ਜੇਕਰ ਅਸੀਂ ਉਸ ਦੇ ਵਿੱਚ ਕੋਈ ਸਪੈਸੀਫਿਕ ਫੈਕਟਰ ਨੂੰ ਜ਼ਿਆਦਾ ਇੰਪਰੂਵ ਕਰਨਾ ਚਾਹੁੰਦੇ ਹਾਂ ਉਸ ਦੇ ਵਿੱਚ ਕੋਈ ਵਿਸ਼ੇਸ਼ ਗੁਣ ਜੇਕਰ ਅਸੀਂ ਡਿਵੈਲਪ ਕਰਨਾ ਚਾਹੁੰਦੇ ਹਾਂ ਤਾਂ ਅਧਿਆਪਕ ਉਸ ਦੇ ਲਈ ਕੀ ਕਰੇਗਾ ਅਤੇ ਕਿਵੇਂ ਉਸ ਨੂੰ ਕਹ ਸਕਦਾ ਹੈ ਨਾ ਠੀਕ ਕਰ ਸਕਦਾ ਹੈਗਾ ਔਰ ਇਹ ਬੱਚੇ ਦੇ ਭਵਿੱਖ ਨੂੰ ਸਵਾਰਨ ਦੇ ਲਈ ਜਿਹੜਾ ਕਹਿ ਸਕਦੇ ਆ ਜਾਂ ਵਿਵਿਖ ਬੱਚੇ ਦੇ ਭਵਿੱਖ ਦੇ ਵਿੱਚ ਸਿੱਖਣ ਦੇ ਲਈ ਜਿਹੜਾ ਇਹ ਰਿਸਪਾਂਸਿਬਲ ਹੋਵੇਗੀ ਔਰ ਇਸ ਚੀਜ਼ ਦਾ ਸਾਨੂੰ ਇਹ ਗਿਆਨ ਦੇਵੇਗੀ ਕਿ ਬੱਚਾ ਜਿਹੜਾ ਹੈ ਜਿਹੜਾ ਹੈ ਉਹ ਭਵਿੱਖ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਸਿੱਖ ਸਕਦਾ ਹੈ ਸੋ ਇਸ ਲਈ ਇਹ ਅਧਿਆਪਕ ਦੀ ਮਦਦ ਕਰੇਗਾ ਸਿੱਖਿਆ ਦੇ ਵਿੱਚ ਸਾਨੂੰ ਇਹ ਸਿਧਾਂਤ ਜਿਹੜਾ ਹੈ ਉਹ ਮਦਦ ਕਰੇਗਾ ਦੂਸਰਾ ਹੈ ਤੇ ਮੀਗਾਤੀ ਦੇ ਕਾਰਨ ਸੋ ਬੱਚੇ ਦੇ ਵਿੱਚ ਕਈ ਵਾਰ ਹਨਾ ਇਸ ਤਰ੍ਹਾਂ ਦੀ ਪ੍ਰਕਿਰਿਆ ਦੇਖਣ ਨੂੰ ਮਿਲਦੀ ਹੈ ਕਿ ਬੱਚਾ ਜਿਹੜਾ ਹੈ ਉਹ ਸਿੱਖਣ ਦੇ ਵਿੱਚ ਧੀਮਾ ਹੁੰਦਾ ਉਸ ਦੀ ਸਪੀਡ ਜਿਹੜੀ ਹੈ ਉਹ ਸਲੋ ਹੁੰਦੀ ਹੈਗੀ ਹਨਾ ਲਰਨ ਕਰਨ ਦੀ ਜਾਂ ਕਿਸੇ ਵੀ ਕੰਮ ਨੂੰ ਹਨਾ ਕਰਨ ਦੀ ਉਹ ਚੀਜ਼ ਨੂੰ ਉਸ ਫੈਕਟਰ ਨੂੰ ਸਮਝਣ ਦੇ ਵਿੱਚ ਇਹ ਇੱਕ ਅਧਿਆਪਕ ਦੀ ਮਦਦ ਕਰੂਗਾ ਤੇ ਅਧਿਆਪਕ ਇਸ ਪੁਆਇੰਟ ਨੂੰ ਸਮਝਦੇ ਹੋਏ ਜੇਕਰ ਉਸਨੇ ਇਹ ਥਿਉਰੀ ਰੀਡ ਕੀਤੀ ਹੋਊਗੀ ਹਨਾ ਇਸ ਥਿਉਰੀ ਬਾਰੇ ਉਹਨੂੰ ਗਿਆਨ ਹੋਊਗਾ ਤੋ ਉਹ ਬੱਚੇ ਦੇ ਵਿੱਚ ਇੰਪਰੂਵਮੈਂਟ ਕਰ ਸਕੀ ਹੈ ਕਿ ਬੱਚੇ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਇਨ੍ਹਾਂ ਮੁਸੀਬਤਾਂ ਦੇ ਵਿੱਚੋਂ ਕੱਢ ਕੇ ਇੱਕ ਅੱਛੀ ਜਿਹੜੀ ਟ੍ਰੇਨਿੰਗ ਦੇ ਕੇ ਉਹਦੇ ਵਿੱਚ ਉਹ ਗੁਣ ਪੈਦਾ ਕਰ ਸਕਦੇ ਹਾਂ ਜੋ ਬਾਕੀ ਦੇ ਸਧਾਰਨ ਬੱਚਿਆਂ ਦੇ ਵਿੱਚ ਨਹੀਂ ਮੀਨਸ ਕਿ ਸਪੀਡ ਜਿਹੜੀ ਹੈ ਉਹ ਇਨਕਰੀਜ਼ ਕਰਾ ਸਕਦੇ ਹੈਗੇਗੇ ਸਿੱਖਣ ਦੀ ਓਕੇ ਔਰ ਉਹਦੇ ਕਾਰਨ ਨੇ ਜਿਹੜੇ ਇਹ ਪਤਾ ਲਗਾਏ ਜਾ ਸਕਦੇ ਨੇ ਕਿ ਕਿਸ ਕਾਰਨ ਕਰਕੇ ਉਸ ਦੀ ਸਪੀਡ ਜਿਹੜੀ ਹੈ ਉਹ ਸਲੋ ਰਹੀ ਦੀ ਹੈਗੀ ਆ ਤੀਸਰਾ ਹੈ ਪਾਠਕ੍ਰਮ ਤੇ ਵਿਧੀ ਵਿਗਿਆਨ ਜਾਂ ਪ੍ਰਣਾਲੀ ਦੇ ਸੁਧਾਰ ਕਰਨ ਦੇ ਲਈ ਸਾਨੂੰ ਇਹ ਰਿਸਪੋਨਸੀਬਲ ਹੈਗੀ ਆ ਸੋ ਸਪੀਰਮੈਨ ਦਾ ਇਹ ਸਿਧਾਂਤ ਜਿਹੜਾ ਹੈ ਮਾਨਸਿਕ ਸਿੱਖਣ, ਸਮ੍ਰਿਤੀ, ਚੇਤਨ, ਤਰਕ ਸ਼ਕਤੀ, ਸਮੱਸਿਆ ਸਮਾਧਾਨ, ਸਿਰਜਣਸ਼ੀਲ ਆਦ ਮਾਨਸਿਕ ਪ੍ਰਿਆਮਾਂ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਹ ਕਰਿਆਵਾਂ ਜਿਹੜੀਆਂ ਨੇ ਇਹ ਬੱਚੇ ਦੇ ਲਈ ਟੀਚਰ ਨੂੰ ਕੋਰੀਕੂਲਮ ਜਿਹੜਾ ਹੈ ਉਸ ਨੂੰ ਨਿਰਮਾਣ ਕਰਨ ਦੇ ਵਿੱਚ ਮਦਦ ਕਰਦੀ ਹੈਗੀ ਆ ਜੋ ਵੀ ਮੈਥਡ ਨੇਗੇ ਜਿਸ ਦੇ थ्रू ਜਿਹੜਾ ਕਹਿੰਦੇ ਆ ਬੱਚੇ ਨੂੰ ਪੜਾਇਆ ਜਾ ਸਕਦਾ ਹੈ ਉਸ ਨੂੰ ਸਿਲੈਕਟ ਕਰਨ ਦੇ ਵਿੱਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਪਾਠਕ੍ਰਮ ਦੇ ਵਿੱਚ ਸੁਧਾਰ ਕਰਨ ਦੇ ਲਈ ਔਰ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਨਿਰਮਾਣ ਕਰਨ ਦੇ ਵਿੱਚ ਸਾਡੀ ਮਦਦ ਕਰਦੀ ਹੈਗੀ ਹੈਗੀ ਚੌਥਾ ਹੈ ਬੋਧਿਕ ਯੋਗਤਾ ਦਾ ਧਿਆਨ ਸੋ ਇਸ ਦੇ ਵਿੱਚ ਜਿਹੜਾ ਕਹਿੰਦੇ ਆ ਬੱਚਿਆਂ ਦੇ ਬਾਰੇ ਸਾਨੂੰ ਹਣਾ ਜਾਣਕਾਰੀ ਮਿਲਦੀ ਹੈ ਕਿ ਬੱਚੇ ਦੀ ਬੋਧਿਕ ਯੋਗਤਾ ਜਿਹੜੀ ਹੈ ਉਹ ਕਿਹੋ ਜੀ ਹੈ ਬੱਚੇ ਦੀ ਇੰਟੈਲੀਜੈਂਸੀ ਕਿਹੋ ਜੀ ਹੈ ਨਾ ਅਸੀਂ ਉਸ ਦੇ ਅਕੋਰਡਿੰਗ ਜਿਹੜਾ ਹੈ ਮੈਥਡ ਜਿਹੜਾ ਚੂਜ਼ ਕਰ ਸਕਦੇ ਹਾਂ ਉਸ ਦੇ ਅਕੋਰਡਿੰਗ ਜਿਹੜਾ ਜੋ ਵੀ ਹੈ ਨਾ ਸਬਜੈਕਟ ਉਸ ਨੂੰ ਯੂਜ਼ ਕਰਾਉਣਾ ਹੈ ਉਸ ਨੂੰ ਚੂਜ਼ ਕਰਨ ਦੇ ਵਿੱਚ ਇੱਕ ਅਧਿਆਪਕ ਨੂੰ ਜਿਹੜਾ ਕਰ ਸਕਦੇ ਆ ਮਦਦ ਮਿਲਦੀ ਹੈ ਸੋ ਜੇਕਰ ਅਧਿਆਪਕ ਨੂੰ ਬੱਚੇ ਦੀ ਇੰਟੈਲੀਜੈਂਸੀ ਬਾਰੇ ਪਤਾ ਨਹੀਂ ਹੋਵੇਗਾ ਤਾਂ ਹੋ ਸਕਦਾ ਹੈ ਕਿ ਬੱਚਾ ਆਪਣੇ ਐਜੂਕੇਸ਼ਨ ਦੇ ਵਿੱਚ ਅੱਗੇ ਨਾ ਜਾ ਸਕੇ ਤੇ ਅਧਿਆਪਕ ਆਪਣੇ ਮਿਸ਼ਨ ਦੇ ਵਿੱਚ ਫੇਲ ਹੋ ਜਾਵੇ ਨੈਕਸਟ ਹੈ ਸਵਧਾਰਨ ਕਾਰਜ ਸੁਮੀਨਸ ਕਿ ਸੁਧਾਰ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਹਨ ਸੋ ਸਪੀਰਮੈਨ ਦਾ ਜਿਹੜਾ ਸਿਧਾਂਤ ਉਹ ਅਪ੍ਰਧਵਾਸ਼ਾਲੀ ਸਿਰਜਣਸ਼ੀਲ ਬੱਚੇ ਜਾਂ ਪਛੜੇ ਹੋਏ ਬੱਚੇ ਜਾਂ ਧੀਮੀ ਗਤੀ ਵਾਲੇ ਬੱਚੜੇ ਆ ਠੀਕ ਆ ਉਹਨਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਗਾਈਡੈਂਸ ਜਿਹੜੀ ਹੈ ਉਹ ਟੀਚਰ ਨੂੰ ਪ੍ਰੋਵਾਈਡ ਕਰਦੀ ਹੈ ਕਿ ਬੱਚੇ ਦੀ ਕਿਸ ਤਰੀਕੇ ਦੇ ਨਾਲ ਕੇਅਰ ਕੀਤੀ ਜਾ ਸਕੇ ਤਾਂ ਕਿ ਸਾਰਿਆਂ ਨੂੰ ਜਿਹੜਾ ਹੈ ਬਰਾਬਰ ਦਾ ਬਣਾਇਆ ਜਾ ਸਕੇ ਹਨਾ ਬੱਚੇ ਨੂੰ ਉਸ ਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਬਣਾਇਆ ਜਾ ਸਕੇ ਕਿਉਂਕਿ ਕੁਝ ਬੱਚੇ ਵਿਸ਼ੇਸ਼ ਹੁੰਦੇ ਨੇ ਕੁਝ ਜਿਹੜੇ ਕਰਦੇ ਆ ਪਛੜੇ ਰਹ ਜਾਂਦੇ ਨੇ ਕੁਝ ਦੀ ਕਦਰਿਆ ਗਤੀ ਜਿਹੜੀ ਆ ਉਹ ਧੀਮੀ ਹੁੰਦੀ ਆ ਸਿਕੰਦੀ ਤਾਂ ਅਧਿਆਪਕ ਇਹਨੂੰ ਸਮਝਦੇ ਹੋਏ ਜਿਹੜਾ ਬੱਚੇ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰੇਗਾ ਓਕੇ ਨੈਕਸਟ ਹੈ ਧਿਆਨ ਦਾ ਕੇਂਦਰਤ ਸੋ ਇਹ ਸਿਧਾਂਤ ਇਸ ਗੱਲ ਦੇ ਉੱਪਰ ਵੀ ਜ਼ੋਰ ਦਿੰਦਾ ਹੈ ਕਿ ਸਾਡਾ ਧਿਆਨ ਜੀ ਕਰ ਤੇ ਇਸ ਕਾਰਕ ਦੇ ਨਾਲ ਸਮੂਹ ਕਾਰਕ ਦੇ ਉੱਪਰ ਕੇਂਦਰਿਤ ਹੋਣਾ ਚਾਹੀਦਾ ਮੀਨਸ ਕਿ ਇਹਨਾਂ ਫੈਕਟਰਾਂ ਨੂੰ ਅਧਿਆਪਕ ਦੇ ਲਈ ਕਹਿ ਸਕਦੇ ਆ ਜ਼ਰੂਰੀ ਬਣਿਆਦਾ ਤੇ ਅਧਿਆਪਕ ਇਨਾਂ ਦਾ ਅਧਿਐਨ ਕਰਦੇ ਹੋਈ ਬੱਚਿਆਂ ਨੂੰ ਟੀਚਿੰਗ ਕਰੇਗਾ ਬੱਚਿਆਂ ਦੇ ਲਈ ਗਾਈਡੈਂਸ ਜਿਹੜੀ ਹੈ ਉਹ ਪ੍ਰੋਵਾਈਡ ਕਰੇਗਾ ਠੀਕ ਹੈ ਸੋ ਇਹ ਸੀਗਾ ਸਾਡਾ ਇਹਦਾ ਸਿਧਾਂਤ ਜਿਸ ਦੇ ਵਿੱਚ ਅਸੀਂ ਜੀ ਫੈਕਟਰ ਅਤੇ ਐਸ ਫੈਕਟਰ ਨੂੰ ਜਿਹੜੀ ਗੱਲ ਕੀਤੀ ਹੈ ਇੱਕ ਸਧਾਰਨ ਫੈਕਟਰ ਹੈ ਇੱਕ ਜਿਹੜਾ ਹੈ ਸਪੈਸੀਫਿਕ ਹੈ ਜਿਸ ਦੇ ਅਧੀਨ ਕੁਝ ਵਿਸ਼ੇਸ਼ ਐਕਟੀਵਿਟੀਜ਼ ਜਾਂ ਵਿਸ਼ੇਸ਼ ਤਰ੍ਹਾਂ ਦੀਆਂ ਜਿਹੜੀਆਂ ਕਿਰਿਆਵਾਂ ਜਾਣਗੀਆਂ ਦੂਸਰਾ ਹੈ ਸਧਾਰਨ ਜਿਹੜਾ ਕਿ ਹਰ ਇੱਕ ਮਨੁੱਖ ਦੇ ਵਿੱਚ ਪਾਇੰਦੇ ਹਰ ਇੱਕ ਮਨੁੱਖ ਨੂੰ ਕਾਮਜਾਬ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਬਟ ਜਿਹੜਾ ਸਪੈਸੀਫਿਕ ਰਹੂਗਾ ਸੋ ਇਹ ਕ ਵਿਸ਼ੇਸ਼ ਵਿਅਕਤੀ ਦੇ ਵਿੱਚ ਹੋਊਗਾ ਵਿਸ਼ੇਸ਼ ਵਿਅਕਤੀ ਨੂੰ ਇੰਪਰੂਵਮੈਂਟ ਕਰਨ ਦੇ ਲਈ ਵਿਸ਼ੇਸ਼ ਵਿਅਕਤੀ ਦੇ ਡਿਵੈਲਪਮੈਂਟ ਦੇ ਲਈ ਰਿਸਪਾਂਸਿਬਲ ਹੋਊਗਾ ਠੀਕ ਹੈ ਸੋ ਇਹ ਟੀਚਰ ਦੇ ਲਈ ਕੀ ਇੰਪੋਰਟੈਂਸ ਲੱਗਦਾ ਹੈ ਟੀਚਰ ਦੇ ਲਈ ਇਹ ਕਿਵੇਂ ਹਨਾ ਹੈਲਪਫੁਲ ਹੈਗਾ ਔਰ ਬੱਚੇ ਦੇ ਵਿੱਚ ਇਹ ਕਿਵੇਂ ਕਿਵੇਂ ਵਰਕ ਕਰਦਾ ਹੈ ਸੋ ਇਸ ਬਰੀ ਆਪਣਾ ਇਸ ਚੈਪਟਰ ਦੇ ਵਿੱਚ ਡਿਸਕਸ ਕੀਤਾ ਹੈ ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਰਾਂ ਦੇ ਲਈ ਹੈਲਪਫੁਲ ਰਿਹਾ ਹੋਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਥੈਂਕ ਯੂ ਮਨਵੀਰ ਜੀ ਜੀ ਥੈਂਕ ਯੂ ਗੁਰਬਿੰਦ ਜੀ ਸੋ ਟੌਪਿਕ ਸਮਝ ਲੱਗ ਜੰਦਾ ਹੁੰਦਾ ਹੈ ਸੋ ਅਗਰ ਕੋਈ ਵੀ ਡਾਊਟ ਹੁੰਦਾ ਪਲੀਜ਼ ਉਹ ਪੁੱਛ ਲਿਆ ਕਰੋ ਹਨਾ ਕਿਤੇ ਵੀ ਤੁਹਾਨੂੰ ਲੱਗੇ ਹਾਲਾਂਕਿ ਟਫ ਨਹੀਂ ਹੈਗੇਗੇ ਪਰ ਫਿਰ ਵੀ ਕੋਈ ਵੀ ਕਈ ਵਾਰ ਮਾਈਂਡ ਦੇ ਵਿੱਚ ਸਵਾਲ ਹੁੰਦਾ ਤਾਂ ਪਲੀਜ਼ ਉਸ ਨੂੰ ਪੁੱਛ ਲਿਆ ਕਰੋ ਹਨਾ ਤਾਂ ਕਿ ਕਲਾਸ ਇੰਟਰਸਟਡ ਜਿਹੜਾ ਹੈ ਉਹ ਬਣਾਇਆ ਜਾ ਸਕੇ ਜੀ ਥੈਂਕ ਯੂ ਸੋਮਾ ਜੀ ਸੋ ਨੈਕਸਟ ਮਿਲਦੇ ਹਾਂ 12 ਵਜੇ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਜੀ ਥੈਂਕ ਯੂ ਮਨਵੀਰ ਜੀ ਥੈਂਕ ਯੂ ਸੋ ਮਚ